ਤਿੰਨ ਥਾਵਾਂ ਤੇ ਇੱਕ ਧਰਮੀ ਵਰ ਜਿਹੜਾ ਮਨੁੱਖ ਹੈ ਕੰਮ ਕਰਦਾ ਸਰੀਰ ਦੀ ਰਹਿਤ ਰਹਿਤ ਦਾ ਮਤਲਬ ਤਰੀਕਾ ਸਰੀਰ ਕਿਸ ਅਵਸਥਾ ਵਿੱਚ ਰਹਿੰਦਾ ਇੱਥੋਂ ਗੱਲ ਸ਼ੁਰੂ ਹੋਵੇਗੀ ਇਹਦੇ ਤੋਂ ਅੱਗੇ ਮਨ ਦੀ ਪੋਜੀਸ਼ਨ ਕੀ ਹੈ ਮਨ ਕਿਵੇਂ ਦੀ ਅਵਸਥਾ ਵਿੱਚ ਵਿਚਰਦਾ ਹੈ ਰਹਿਤ ਦਾ ਮਤਲਬ ਖਿਆਲ ਕਿਵੇਂ ਦੇ ਆਉਂਦੇ ਨੇ ਮਨ ਵਿੱਚ ਭਾਵਨਾ ਕਿਵੇਂ ਦੀ ਹੈ ਵਿਚਾਰਧਾਰਾ ਕਿਸ ਤਰ੍ਹਾਂ ਦੀ ਹੈ ਭਰੋਸਾ ਕਿੰਨਾ ਕੁ ਹੈ ਬੇਭਰੋਸਗੀ ਕਿੰਨੀ ਕੁ ਹੈ ਦ੍ਰਿੜਤਾ ਕਿੰਨੀ ਕੁ ਹੈ ਪਗਿਆਈ ਕਿੰਨੀ ਕੁ ਹੈ ਤੇ ਮਨ ਡੋਲਦਾ ਕਿੰਨਾ ਕੁ ਇਹ ਮਨ ਦੀ ਰਹਿਤ ਹੈ ਜਿਹੜੀ ਆਤਮਾ ਦੀ ਰਹਿਤ ਹੈ ਉਹ ਤੁਸੀਂ ਸੁਖਮਣੀ ਸਾਹਿਬ ਵਿੱਚ ਪੜ੍ਹੋਗੇ ਸਭ ਕੁਛ ਜਾਣਦਾ ਹੈ ਆਤਮ ਕੀ ਰਹਿਤ ਆਤਮਾ ਦੀ ਰਹਿਤ ਸਰੀਰ ਤੋਂ ਤੇ ਮਨ ਤੋਂ ਪਾਰ ਹੈ ਉਹ ਬ੍ਰਹਮ ਗਿਆਨੀ ਦੀ ਰਹਿਤ ਉੱਥੇ ਆਮ ਧਰਮੀ ਵੀ ਨਹੀਂ ਪਹੁੰਚਿਆ ਧਰਮ ਖੇਤਰ ਦਾ ਇੱਕ ਹਿੱਸਾ ਸਰੀਰਕ ਰਹਿਤ ਵਿੱਚ ਜਿਉਂਦਾ ਬਹੁਤਾਤ ਵਿੱਚ ਸਰੀਰਕ ਰਹਿਣਾ ਬਹਿਣਾ ਖਾਣਾ ਪੀਣਾ ਠੀਕ ਕਰਨਾ ਇੱਥੋਂ ਤੱਕ ਫਿਰ ਅਗਲੀ ਦਸ਼ਾ ਦੇ ਵਿੱਚ ਮਨ ਕਿਵੇਂ ਰਹਿੰਦਾ ਹੈ ਮਨ ਕਿਸ ਹਾਲਤ ਵਿੱਚ ਜਿਉਂਦਾ ਹੈ ਆਮ ਤੌਰ ਤੇ ਧਾਰਮਿਕ ਬੰਦਾ ਇਹਨਾਂ ਦੋ ਚੀਜ਼ਾਂ ਦੇ ਵਿੱਚ ਅਸੀਂ ਜਿਉਂਦੇ ਹਾਂ ਪਰ ਤੀਜੀ ਜਿਹੜੀ ਰਹਿਤ ਹੈ ਉਹ ਆਤਮਾ ਦੀ ਹੈ ਇਹਦੇ ਬਾਰੇ ਤੁਸੀਂ ਆਨੰਦ ਸਾਹਿਬ ਵਿੱਚ ਵੀ ਪੜ੍ਹ ਸਕਦੇ ਹੋ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਕੋਈ ਸਿੱਖ ਸਨਮੁਖ ਹੁੰਦਾ ਹੈ ਤੇ ਉਹ ਸਹਿਜੇ ਸਹਿਜੇ ਆਤਮਕ ਰਹਿਤ ਤੱਕ ਚਲਾ ਜਾਂਦਾ ਹੈ ਆਤਮਕ ਰਹਿਣ ਸਹਿਣ ਦਾ ਉਹਨੂੰ ਪਤਾ ਲੱਗਦਾ ਕਿੱਥੇ ਜੇ ਕੋ ਸਿੱਖ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰ ਨਾਤੇ ਪਹਿਲਾ ਕੰਮ ਸਿੱਖ ਦਾ ਮਨੋ ਗੁਰੂ ਦੇ ਨਾਲ ਰਹਿਣਾ ਦਿਨ ਰਾਤ ਗੁਰੂ ਦੀ ਯਾਦ ਵਿੱਚ ਜਿਉਣਾ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਤੇ ਇਸ ਤੋਂ ਕਿਹਾ ਅੰਤਰ ਆਤਮਾ ਸਮਾਦੇ ਆਤਮਾ ਦੇ ਵਿੱਚ ਸਮਾਦੇ ਜਿੱਥੇ ਮਨ ਵੀ ਨਹੀਂ ਸਹਿਜ ਸਮਾਏ ਰਹੇ ਉਹਦੇ ਵਿੱਚ ਸਹਿਜ ਵਿੱਚ ਟਿਕਿਆ ਰਹੇ ਇਸ ਤੋਂ ਅੱਗੇ ਹਜ਼ੂਰ ਨੇ ਫਿਰ ਉਹਦੀ ਰਹਿਤ ਦੱਸੀ ਕਹਿੰਦੇ ਆਪ ਛੱਡ ਸਦਾ ਰਹੇ ਪਰਨੇ ਪਰਨੇ ਦਾ ਮਤਲਬ ਹੁੰਦਾ ਆਸਰਾ ਪਰਨਾ ਸ਼ਬਦ ਆਮ ਤੌਰ ਤੇ ਤੁਸੀਂ ਆ ਕੱਪੜੇ ਨੂੰ ਵਰਤਿਆ ਜਾਂਦਾ ਸਿਰ ਤੇ ਬੰਨਣ ਵਾਲਾ ਕੱਪੜਾ ਇੱਕ ਭਾਸ਼ਾ ਵਿੱਚ ਉਹਨੂੰ ਪਰਨਾ ਕਹਿੰਦੇ ਪਰ ਪਰਨੇ ਦਾ ਅਰਥ ਹੈ ਆਸਰਾ ਆਪ ਛੱਡ ਸਦਾ ਰਹੇ ਪਰਨੇ ਤੇ ਉਹਦੀ ਇੱਕ ਰਹਿਤ ਇਹ ਵੀ ਦੱਸੀ ਉਸ ਸਿੱਖ ਦੀ ਗੁਰਬਿਨ ਅਵਰ ਨਾ ਜਾਣੇ ਹੋਏ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਸਮਝਦੇ ਨਹੀਂ ਉਹਦੇ ਕਿਸੇ ਨਾਲ ਈਰਖਾ ਤੇ ਨਹੀਂ ਕਰਦਾ ਇਹ ਨਹੀਂ ਵੀ ਗੁਰੂ ਤੋਂ ਬਿਨਾਂ ਬਾਕੀਆਂ ਨਾਲ ਈਰਖਾ ਕਰਦਾ ਨਹੀਂ ਈਰਖਾ ਵੀ ਨਹੀਂ ਕਰਦਾ ਤੇ ਉਹਨਾਂ ਤੇ ਭਰੋਸਾ ਵੀ ਨਹੀਂ ਕਰਦਾ ਇਹ ਬੜਾ ਔਖਾ ਹੈ ਅਸੀਂ ਦੋ ਵਿੱਚੋਂ ਇੱਕ ਹੀ ਕੰਮ ਕਰਦੇ ਹਾਂ ਜਾਂ ਤੇ ਕਿਸੇ ਦੇ ਨਾਲ ਅਸੀਂ ਆਸਰਾ ਲੈਂਦੇ ਹਾਂ ਤੇ ਜਾਂ ਉਹਦੀ ਨਿੰਦਿਆ ਕਰਾਂਗੇ ਉਹਦੇ ਵਿੱਚ ਇੱਕ ਥਾਂ ਹੈ ਉੱਥੇ ਰਹਿਣਾ ਸਿੱਖ ਸਾਰੇ ਸੰਸਾਰ ਭਰ ਉਹ ਬੜਾ ਔਖਾ ਹੈ ਉਹਨੂੰ ਕਹਿੰਦੇ ਨੇ ਭਿੰਨੋ ਜਜਮੈਂਟ ਕਿਸੇ ਨੂੰ ਮਹਿਸੂਸ ਨਹੀਂ ਕਰਨਾ ਵੀ ਉਹ ਕੌਣ ਹੈ ਇਹ ਬੜਾ ਹੁਣ ਅਸੀਂ ਜਿਹੜਾ ਆਦਮੀ ਅਸੀਂ ਕਹਿੰਦੇ ਜਾਂ ਇਹ ਚੰਗਾ ਤੇ ਜਾਂ ਮਾੜਾ ਦੋਵਾਂ ਵਿੱਚ ਫਸਦਾ ਅਸੀਂ ਅੱਧੇ ਲੋਕਾਂ ਦੀ ਉਸਤਤ ਕਰਾਂਗੇ ਅੱਧਿਆਂ ਦੀ ਨਿੰਦਿਆ ਕਰਾਂਗੇ ਕਿਉਂਕਿ ਅਸੀਂ ਕਿਸੇ ਇੱਕ ਪੱਖ ਤੋਂ ਬਿਨਾਂ ਰਹਿ ਨਹੀਂ ਸਕਦੇ ਬੰਦੇ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਪਰ ਜੀਵਨ ਨਿਰਪੱਖਤਾ ਵਿੱਚ ਨਾ ਉਹ ਕਿਸੇ ਦੀ ਉਸਤਤ ਵਿੱਚ ਨਾ ਕਿਸੇ ਦੀ ਨਿੰਦਿਆ ਵਿੱਚ ਸਾਡਾ ਸੁਭਾਅ ਪਾਰਟੀ ਵਿੱਚ ਰਹਿਣਾ ਸਾਡਾ ਸੁਭਾਅ ਕਿਸੇ ਦੇ ਨਾਲ ਲੱਗ ਕੇ ਰਹਿਣਾ ਹੁਣ ਜਿਹਦੇ ਨਾਲ ਜੁੜਨਾ ਹੈ ਉਹ ਹੋਰ ਅਸੀਂ ਆਸਰੇ ਹੁੰਦੇ ਜਾਣ ਵਾਲੇ ਤੁਸੀਂ ਚੌਪਈ ਸਾਹਿਬ ਦੇ ਵਿੱਚ ਅਕਾਲ ਪੁਰਖ ਦੇ ਸੁਭਾਅ ਦੇ ਤਿੰਨ ਗੁਣ ਕਲਗੀਧਰ ਪਾਤਸ਼ਾਹ ਨੇ ਕਹੇ ਉਹ ਤਿੰਨੇ ਗੁਣ ਬੰਦੇ ਵਿੱਚ ਆਉਣਗੇ ਤਾਂ ਉਹਦੇ ਨਾਲ ਸੰਬੰਧ ਬਣਨਾ ਉਸ ਤੋਂ ਪਹਿਲਾਂ ਨਹੀਂ ਬਣਨਾ ਉਹ ਤਿੰਨ ਗੁਣ ਦੇ ਵਾਹਿਗੁਰੂ ਦੇ ਉਹ ਤਿੰਨ ਗੁਣ ਮਨੁੱਖੀ ਮਨ ਵਿੱਚ ਆਉਣਗੇ ਤੇ ਕੁਝ ਨਾ ਕੁਝ ਕਿਉਂਕਿ ਪਾਣੀ ਵਿੱਚ ਪਾਣੀ ਤਾਂ ਮਿਲਣਾ ਜੇ ਪਾਣੀ ਹੋਇਆ ਲੋਹੇ ਨਾਲ ਦੋਇਆ ਤਾਂ ਜੁੜਨਾ ਜੇ ਗਰਮ ਹੋਇਆ
ਉਹਦੇ ਨਾਲ ਮਿਲਾਪ ਉਹ ਦਿਨ ਹੋਣਾ ਜਿੱਦਣ ਉਹਦੇ ਵਾਲੇ ਗੁਣ ਸਾਡੇ ਵਿੱਚ ਆਉਣਗੇ ਤੇ ਤਿੰਨ ਗੁਣ ਕਲਗੀਧਰ ਪਾਤਸ਼ਾਹ ਨੇ ਕਿਹਾ ਨਿਰੰਕਾਰ ਨਿਰਵਿਕਾਰ ਨਿਰਲੰਬ ਇਹ ਤਿੰਨ ਸੁਭਾਅ ਨੇ ਵਾਹਿਗੁਰੂ ਦੇ ਨਿਰੰਕਾਰ ਉਹਦਾ ਅਕਾਲ ਕੋਈ ਨਹੀਂ ਅਸੀਂ ਕਹਾਂਗੇ ਜਿਹਦਾ ਅਕਾਲ ਕੋਈ ਨਹੀਂ ਅਸੀਂ ਉਹਦੇ ਨਾਲ ਕਿਵੇਂ ਜੁੜੀਏ ਬੜਾ ਵੱਡਾ ਸਵਾਲ ਹੈ ਧਰਮੀ ਮਤੇ ਤੇ ਸਿਮਰਨ ਕਰਨ ਵਾਲੇ ਦਾ ਵੀ ਨਾਮ ਜਪਣ ਵਾਲੇ ਦਾ ਕਹਿੰਦਾ ਕੋਈ ਚਾਹੀਦਾ ਹੈ ਕੋਈ ਫੋਟੋ ਹੋਵੇ ਕੋਈ ਆਦਮੀ ਹੋਵੇ ਕੋਈ ਚੀਜ਼ ਤਾਂ ਹੋਵੇ ਨਾ ਜਿਹਦੇ ਨਾਲ ਜੁੜੀਏ ਹੁਣ ਇੱਥੇ ਇੱਕ ਬਹੁਤ ਵੱਡਾ ਭੁਲੇਖਾ ਹੈ ਵੀ ਸਾਰੀ ਉਮਰ ਬੰਦਾ ਯਤਨ ਕਰਦਾ ਰਹੇ ਕਿਸੇ ਆਕਾਰ ਵਾਲੀ ਚੀਜ਼ ਨਾਲ ਜੁੜਨ ਦਾ ਜੁੜ ਨਹੀਂ ਸਕੇਗਾ ਨਹੀਂ ਜੁੜ ਸਕੇਗਾ ਕਿਉਂ ਉਹਦਾ ਇੱਕ ਬੜਾ ਵੱਡਾ ਕਾਰਨ ਹੈ ਕਿਉਂਕਿ ਜਿਹੜੀ ਚੀਜ਼ ਨਾਲ ਅਸੀਂ ਜੁੜ ਰਹੇ ਹਾਂ ਉਹ ਆਕਾਰ ਵਾਲੀ ਹੈ ਮਤਲਬ ਇਹ ਥੰਮ ਹੈ ਥੰਮ ਦਾ ਧਿਆਨ ਕਰੋ ਤੇ ਜਿਹੜੀ ਚੀਜ਼ ਨਾਲ ਧਿਆਨ ਕਰ ਰਹੇ ਹਾਂ ਜਿਹਨੂੰ ਜੋੜ ਰਹੇ ਹਾਂ ਉਹਦਾ ਕੋਈ ਆਕਾਰ ਨਹੀਂ ਮਨ ਦਾ ਕਿੱਥੇ ਆਕਾਰ ਹੈ ਮਨ ਦਾ ਕੋਈ ਆਕਾਰ ਨਹੀਂ ਉਹ ਨਿਰਾਕਾਰ ਹੈ ਇੱਥੇ ਸਾਰਾ ਹੀ ਧਾਰਮਿਕ ਜਗਤ ਤਕਰੀਬਨ ਸਾਰੀ ਉਮਰ ਫਸਿਆ ਰਿਹਾ ਸਾਰੀ ਉਮਰ ਉਹ ਆਕਾਰ ਨਾਲ ਆਕਾਰ ਲੱਭਦਾ ਪੈਂਦਾ ਕਹਿੰਦਾ ਦੇਹਧਾਰੀ ਗੁਰੂ ਚਾਹੀਦਾ ਹੈ ਦੇਹ ਤੋਂ ਬਿਨਾਂ ਕਿਵੇਂ ਹੁਣ ਦੇਹ ਦੇ ਨਾਲ ਦੇਹ ਜੁੜਦੀ ਹੈ ਸੁਰਤ ਥੋੜੀ ਜੁੜ ਸਕਦੀ ਸੁਰਤ ਜੋੜਦੀ ਹੈ ਤੇ ਸ਼ਬਦ ਨਾਲ ਜੁੜਦੀ ਸੁਰਤ ਨਿਰਾਕਾਰ ਹੈ ਕੋਈ ਬੰਦਾ ਉੱਠ ਕੇ ਕਵੇ ਮੈਂ ਸੁਰਤ ਦੀ ਫੋਟੋ ਖਿੱਚ ਕੇ ਉਠਾਉਂਦਾ ਕੋਈ ਕਵੇ ਮੈਂ ਕੈਮਰੇ ਵਿੱਚ ਦੇਹ ਦਾ ਦੇਹ ਆ ਸਕਦੀ ਕੈਮਰੇ ਵਿੱਚ ਪਰ ਸੁਰਤ ਨੂੰ ਕਿਵੇਂ ਅਸੀਂ ਉਹਦੀ ਤਸਵੀਰ ਅੱਜ ਤੱਕ ਬਣੀ ਵੀ ਫਲਾਣੇ ਬੰਦੇ ਦੀ ਸੁਰਤ ਦੀ ਆਹ ਤਸਵੀਰ ਤੁਸੀਂ ਵੇਖੀ ਫਿਰ ਇਹ ਗੱਲ ਪੱਕੀ ਹੈ ਕਿ ਜੁੜਨ ਵਾਲਾ ਨਿਰਾਕਾਰ ਉਹਦੀ ਕੋਈ ਸੂਰਤ ਉਹਦੀ ਕੋਈ ਮੂਰਤ ਨਹੀਂ ਤੇ ਜਿਹਦੇ ਨਾਲ ਜੁੜਦਾ ਫਿਰ ਉਹਦੀ ਮੂਰਤ ਭਾਲ ਕੇ ਕਰਨੇ ਗੁਰੂ ਰੱਬ ਦੇ ਕਰਨੇ ਮੂੰਹ ਸਿਰ ਵਾਲਾ ਨੱਕ ਵਾਲ ਉਹਦੇ ਨਾਲ ਕਿਵੇਂ ਜੁੜ ਨਿਰਾਕਾਰ ਹੈ ਵਾਹਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਆਕਾਰ ਨਹੀਂ ਉਹਦਾ ਕੋਈ ਇੱਥੇ ਆ ਕੇ ਬਹੁਤ ਆਦ ਸੌਖਾ ਤੇ ਹੈ ਇੱਕ ਚੀਜ਼ ਸਾਹਮਣੇ ਖੜੀ ਸਾਰੀ ਉਮਰ ਬੈਠੇ ਨੇ ਉਹਦੇ ਅੱਗੇ ਮੂਰਤੀ ਸੌਖਾ ਤੇ ਬੜਾ ਪਰ ਉਹਦੇ ਅਰਥ ਕੋਈ ਨੀ ਟਾਈਮ ਪਾਸ ਹੋ ਸਕਦਾ ਠੀਕ ਟਾਈਮ ਨਿਕਲ ਜਾਂਦਾ ਜਿਹਦੇ ਨਾਲ ਜੁੜਨਾ ਅਸੀਂ ਉਵੇਂ ਦੇ ਹੋਵਾਂਗੇ ਉਹਦੇ ਨਾਲ ਬਿਲਕੁਲ ਇੱਕ ਸਾਰਤਾ ਆਵੇ ਕਿ ਤੁਸੀਂ ਬਾਣੀ ਪੜ੍ਹ ਕੇ ਵੇਖ ਲਓ ਦੁਨੀਆਂ ਦੇ ਵਿੱਚ ਉਹਦਾ ਰੱਬ ਦੇ ਨਾਲ ਸੰਬੰਧ ਦੀ ਗੱਲ ਹੈ ਜੇ ਸੰਸਾਰਕ ਵੀ ਸੰਬੰਧ ਕੋਈ ਬਣਿਆ ਤੇ ਦੋਵੇਂ ਇੱਕੋ ਜਿਹੇ ਹੋਣ ਤਾਂ ਸੰਬੰਧ ਚੱਲਦਾ ਨਹੀਂ ਤੇ ਤਲਾਕ ਹੋ ਜਾਏ ਪਤੀ ਪਤਨੀ ਦਾ ਸੁਭਾਅ ਨਹੀਂ ਮਿਲਦਾ ਆਪਸ ਵਿੱਚ ਦੁਬਦਾ ਹੈ ਫਰਕ ਹੈ ਅੰਦਰ ਦੋਵੇਂ ਇੱਕੋ ਜਿਹੇ ਨਹੀਂ ਸੁਭਾਅ ਕਰਕੇ ਸੁਭਾਅ ਮਿਲ ਗਿਆ ਤੇ ਫਿਰ ਮਿਲਾਪ ਹੈ ਇਸੇ ਤਰ੍ਹਾਂ ਗੁਰੂ ਨਾਲ ਸੁਭਾਅ ਹੀ ਨਹੀਂ ਮਿਲਦਾ ਪਰਮਾਤਮਾ ਨਾਲ ਸੁਭਾਅ ਹੀ ਨਹੀਂ ਮਿਲਦਾ ਉਹਦਾ ਸਰੂਪ ਹੋ ਰਿਹਾ ਸਾਡਾ ਰੂਪ ਅਸੀਂ ਹੋਰ ਤਰ੍ਹਾਂ ਦੇ ਤੁਸੀਂ ਬਾਣੀ ਵਿੱਚ ਆਮ ਤੌਰ ਤੇ ਪੜੋਗੇ ਹੁਕਮਨਾਮਾ ਆਏਗਾ ਮਾਧੋ ਹਮ ਐਸੇ ਤੂੰ ਐਸਾ ਤੂੰ ਕਿਵੇਂ ਦਾ ਤੇ ਅਸੀਂ ਕਿਵੇਂ ਦਾ ਦੋਵਾਂ ਦਾ ਜੋੜ ਕਿਵੇਂ ਬਣੇ ਦੋਵੇਂ ਆਪਸ ਵਿੱਚ ਸਾਂਝ ਕਿਵੇਂ ਪਾਉਣ ਇਸ ਕਰਕੇ ਜਿਹੜਾ ਮਨੁੱਖ ਧਰਮ ਦੇ ਮਾਰਗ ਤੇ ਤੁਰਿਆ ਧਰਮ ਦੇ ਮਾਰਗ ਤੇ ਇਹ ਮੈਂ ਸ਼ਬਦ ਕਹਿ ਰਿਹਾ ਸਾਰੇ ਧਰਮੀ ਬੰਦੇ ਧਰਮ ਦੇ ਮਾਰਗ ਤੇ ਨਹੀਂ ਤੁਰੇ ਉਹ ਧਰਮ ਉਹ ਸਮਝ ਲੈਂਦੇ ਨੇ ਅਸੀਂ ਧਰਮ ਦੇ ਮਾਰਗ ਤੇ ਤੁਰੇ ਧਰਮ ਦੇ ਮਾਰਗ ਤੇ ਉਹ ਤੁਰਿਆ ਹੈ ਜਿਸ ਬੰਦੇ ਨੇ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਨਾਲ ਜੋੜਨ ਦੀ ਰੋਜ਼ ਕੋਸ਼ਿਸ਼ ਕਰਦਾ ਹੈ ਅਭਿਆਸ ਕਰ ਰਿਹਾ ਉਹ ਹੈ ਧਰਮੀ ਬੰਦਾ ਦੂਜਾ ਪੰਥਕ ਹੋ ਸਕਦਾ ਧਰਮੀ ਨਹੀਂ ਅਜੇ ਪੰਥ ਵਿੱਚ ਆਇਆ ਅਜੇ ਰਾਹ ਵਿੱਚ ਇਸ ਕਰਕੇ ਭੀੜ ਹੈ ਉੱਥੇ ਬਹੁਤ ਵੱਡੀ ਧਰਮੀ ਬੰਦਿਆਂ ਦੀ ਭੀੜ ਦੀ ਇਸ ਕਮੇਟ ਦੇ ਉੱਤੇ ਨਾ ਧਾਰਮਿਕ ਮੰਦਰਾਂ ਵਿੱਚ ਨਾ ਗੁਰਦੁਆਰਿਆਂ ਵਿੱਚ ਜਿੱਥੇ ਤੁਸੀਂ ਬਹੁਤੀ ਭੀੜ ਵੇਖੋਗੇ ਉੱਥੇ ਮਤਲਬ ਹੋਵੇਗਾ ਤੇ ਧਰਮੀ ਬੰਦੇ ਬੜੇ ਘੱਟ ਕਿਉਂਕਿ ਧਰਮ ਜਿਹੜਾ ਉਹ ਤੇ ਅਭਿਆਸ ਮੰਗਦਾ ਉਹ ਤੇ ਸੁਰਤ ਨੂੰ ਸ਼ਬਦ ਨਾਲ ਸਾਂਝ ਪਾਉਣੀ ਤੇ ਜੇ ਰੌਲੀ ਗੋਲੀ ਵਿੱਚ ਰਹਿਣਾ ਜੇ ਦਿਮਾਗ ਨੂੰ ਸੰਘਰਸ਼ ਤੇਜ਼ ਕਰਨਾ ਤੇ ਉਹ ਹੋਰ ਚੀਜ਼ ਇਸ ਕਰਕੇ ਆਤਮ ਕੀ ਰਹਿਤ ਜਿਹੜੀ ਮੈਂ ਬੇਨਤੀ ਕਰ ਰਿਹਾ ਸਾ ਵੀ ਸਿੱਖ ਆਪਣੇ ਆਪ ਨੂੰ ਛੱਡ ਕੇ ਗੁਰੂ ਦੇ ਆਸਰੇ ਤੇ ਜਿਉਣ ਵਾਲਾ ਵਿਅਕਤੀ ਜਿੰਨਾ ਚਿਰ ਅਸੀਂ ਆਪਣੀ ਪੋਜੀਸ਼ਨ ਨੂੰ ਇਸ ਤਰ੍ਹਾਂ ਆਪਣੇ ਅੰਦਰ ਨੂੰ ਸੁਧਾਰਦੇ ਨਹੀਂ ਉਹਨਾਂ ਚਿਰ ਅਸੀਂ ਨਾਮੀ ਨਹੀਂ ਹੋ ਸਕਦੇ ਨਾਮ ਦੇ ਅਰਥ ਇਹੀ ਨੇ ਗੁਰੂ ਵਰਗੇ ਹੋ ਜਾਣਾ ਨਾਮ ਦੇ ਇਹੀ ਅਰਥ ਉਹ ਜਪਣਾ ਤੇ ਇੱਕ ਹਿੱਸਾ ਹੈ ਤਾਂ ਕਿ ਬੰਦਾ ਉੱਥੇ ਪਹੁੰਚ ਜਾਏ ਅਕਾਲ ਪੁਰਖ ਦੇ ਤਿੰਨ ਰੂਪ ਗੁਰੂ ਕਲਗੀਧਰ ਪਾਤਸ਼ਾਹ ਨੇ ਚੌਪਈ ਸਾਹਿਬ ਵਿੱਚ ਕਹੇ
ਨਿਰੰਕਾਰ ਉਹਦਾ ਕੋਈ ਆਕਾਰ ਨਹੀਂ ਤੇ ਸਿਖਾ ਫਿਰ ਜਿਹੜਾ ਕਿਹੜੀ ਚੀਜ਼ ਨਾਲ ਤੂੰ ਜੁੜਨਾ ਉਹਦਾ ਵੀ ਕੋਈ ਆਕਾਰ ਨਹੀਂ ਉਹ ਤੇਰਾ ਮਨ ਹੈ ਫਿਰ ਕਹਿੰਦੇ ਨਿਰਵਿਕਾਰ ਹੋਣੇ ਕੰਮ ਬਹੁਤ ਕਠਿਨ ਨਿਰਵਿਕਾਰ ਵਿਕਾਰ ਦੇ ਅਰਥ ਨੇ ਪੰਜ ਵਿਕਾਰ ਨਿਰਵਿਕਾਰ ਦਾ ਮਤਲਬ ਵਿਕਾਰ ਕੋਈ ਨਹੀਂ ਉਹਦੇ ਵਿੱਚ ਪੰਜ ਵਿਕਾਰ ਨਹੀਂ ਜਿੱਦਣ ਤੇਰੇ ਵਿੱਚ ਨਾ ਰਹਿਣਗੇ ਉਹਨੇ ਆਪਣੇ ਤੇ ਆਪ ਤੇਰੇ ਕੋਲ ਆ ਜਾਣਾ ਤੈਨੂੰ ਜਾਣ ਦੀ ਲੋੜ ਨਹੀਂ ਪੈਣੀ ਉਹਨੇ ਦਰਵਾਜ਼ਾ ਖੜਕਾ ਦੇਣਾ ਫਿਰ ਖੋਲ ਇੱਕ ਬੰਦਾ ਲੱਭਾ ਮੈਨੂੰ ਮਿਲਣ ਵਾਸਤੇ ਇਹ ਅਵਸਥਾਵਾਂ ਨੇ ਇਹ ਬਣਨਗੀਆਂ ਤੇ ਤਾਂ ਜੋੜ ਪੈਣਾ ਨਹੀਂ ਤੇ ਜੋੜ ਨਹੀਂ ਪੈ ਸਕਦਾ ਨਿਰੰਕਾਰ ਨਿਰਵਿਕਾਰ ਤੇ ਤੀਜੀ ਅਵਸਥਾ ਨਿਰਅਲੰਭ ਨਿਰਲੰਭ ਲਿਖਿਆ ਨਿਰੰਕਾਰ ਨਿਰਵਿਕਾਰ ਨਿਰਲੰਭ ਅਲੰਭ ਦੇ ਅਰਥ ਨੇ ਆਸਰਾ ਤੇ ਨਿਰਅਲੰਭ ਦੇ ਅਰਥ ਨੇ ਜਿਹੜਾ ਕਿਸੇ ਦੇ ਆਸਰੇ ਤੇ ਨਹੀਂ ਖੜਾ ਜਿਹੜਾ ਆਪਣੇ ਆਪ ਕਰਕੇ ਉਹਨੂੰ ਕੋਈ ਨਾ ਉਹਦੀ ਮਾਤਾ ਦਾ ਪਿਤਾ ਕੁਝ ਵੀ ਨਹੀਂ ਉਹ ਆਪਣੇ ਆਪ ਹੀ ਉਹਨੂੰ ਕੋਈ ਜਨਮ ਦੇਣ ਵਾਲਾ ਨਹੀਂ ਆਸਰੇ ਤੋਂ ਰਹਿ ਕੇ ਉਹ ਕਿਸੇ ਦਾ ਸਹਾਰਾ ਨਹੀਂ ਲੈਂਦਾ ਉਹ ਐਸੀ ਹਸਤੀ ਹੈ ਤੇ ਜਿੰਨਾ ਚਿਰ ਮਨੁੱਖ ਦੇ ਵੀ ਸਾਰੇ ਸਹਾਰੇ ਖਤਮ ਨਹੀਂ ਹੁੰਦੇ ਉਹ ਵੀ ਨਿਰਸਹਾਰਾ ਨਹੀਂ ਹੁੰਦਾ ਉਹਨਾਂ ਚਿਰ ਅਕਾਲ ਪੁਰਖ ਨਾਲ ਸਾਂਝ ਨਹੀਂ ਪਾ ਸਕੇ ਨਿਰਲੰਭ ਅਲੰਭ ਤੋਂ ਬਿਨਾਂ ਆਸਰੇ ਤੋਂ ਬਿਨਾਂ ਇਸ ਕਰਕੇ ਅੰਦਰ ਦੀ ਰਹਿਤ ਕਹਿੰਦੇ ਆਪ ਛੱਡ ਸਦਾ ਰਹਿ ਪਰ ਨੈ ਗੁਰਬਿਨ ਅਵਰ ਨਾ ਜਾਣੈ ਕੋਇ ਗੁਰੂ ਤੋਂ ਬਿਨਾਂ ਕਿਸੇ ਨੂੰ ਕਿਸੇ ਦੀ ਜਜਮੈਂਟ ਨਹੀਂ ਕਰਦਾ ਵੀ ਮਹਿਸੂਸ ਹੀ ਨਹੀਂ ਕਰਦਾ ਨਾ ਚੰਗਾ ਕਹਿੰਦਾ ਨਾ ਕਿਸੇ ਨੂੰ ਮਾੜਾ ਕਹਿੰਦਾ ਇਹ ਬੜਾ ਔਖਾ ਲੱਭਣਾ ਇਹ ਅਭਿਆਸ ਤੋਂ ਬਿਨਾਂ ਨਹੀਂ ਅਸੀਂ ਪੱਖ ਵਿੱਚ ਜਿਉਂਦੇ ਹਾਂ ਤੁਸੀਂ ਕਦੀ ਵੇਖ ਲੈਣਾ ਬੰਦਾ ਪੱਖ ਰਹਿ ਨਹੀਂ ਸਕਦਾ ਦੋ ਟੀਮਾਂ ਖੇਡ ਰਹੀਆਂ ਨੇ ਦੋ ਪਹਿਲਵਾਨ ਘੋਲ ਰਹੇ ਨੇ ਟੀਵੀ ਦੀ ਸਕਰੀਨ ਤੇ ਅਸੀਂ ਬੈਠੇ ਹਾਂ ਦੋਵਾਂ ਦੇ ਨਾਮ ਹੀ ਕੋਈ ਨਹੀਂ ਆਉਂਦੇ ਵੀ ਕੌਣ ਨੇ ਨਾ ਉਹਨਾਂ ਵਿੱਚੋਂ ਇੱਕ ਮਿੱਤਰ ਤੇ ਦੂਜਾ ਦੁਸ਼ਮਣ ਕੋਈ ਸਾਂਝ ਨਹੀਂ ਕਦੀ ਵੇਖੇ ਵੀ ਨਹੀਂ ਤੁਸੀਂ ਵੇਖੋਗੇ ਵੀ ਵਹਿੰਦਿਆਂ ਵਹਿੰਦਿਆਂ ਦੋ ਤਿੰਨ ਮਿੰਟਾਂ ਬਾਅਦ ਅਸੀਂ ਇੱਕ ਵੱਲ ਹੋ ਜਾਵਾਂਗੇ ਵੀ ਇਹ ਜਿੱਤਣਾ ਚਾਹੀਦਾ ਬਿਨਾਂ ਕਰ ਅਸੀਂ ਇੱਕ ਪਾਰਟੀ ਲੈਣੀ ਭਿੜਨ ਦੀ ਆਦਤ ਸ਼ੁਰੂ ਤੋਂ ਲੈ ਕੇ ਭਿੜਨ ਤੋਂ ਬਿਨਾਂ ਆਦਮੀ ਰਹਿ ਨਹੀਂ ਸਕਦਾ ਉਹਨੂੰ ਸਿਖਾਇਆ ਗਿਆ ਸ਼ੁਰੂ ਤੋਂ ਲੈ ਕੇ ਤੂੰ ਭਿੜਨਾ ਹੀ ਭਿੜਨਾ ਹੈ ਅਸੀਂ ਬਿਨਾਂ ਪੱਗ ਤੋਂ ਰਹਿ ਨਹੀਂ ਸਕਦੇ ਜਿਉਂ ਹੀ ਨਹੀਂ ਸਕਦੇ ਤੇ ਪਰਮਾਤਮਾ ਬਿਨਾਂ ਪੱਗ ਤੋਂ ਉਹ ਤੇ ਕਿਸੇ ਦਾ ਕਿਸੇ ਖਾਸ ਜਾਤ ਦਾ ਨਹੀਂ ਕਿਸੇ ਖਾਸ ਧਰਮ ਦਾ ਨਹੀਂ ਕਿਸੇ ਖਾਸ ਰੰਗ ਦਾ ਨਹੀਂ ਉਹ ਤੇ ਸਾਰਿਆਂ ਵਾਸਤੇ ਇੱਕੋ ਜਿਹਾ ਹੈ ਉਹ ਕਿਸੇ ਦੇ ਪੱਗ ਦਾ ਨਹੀਂ ਨਿਰਦੰਭ ਕਿਸੇ ਦਾ ਆਸਰਾ ਮੈਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਪਰਮਾਤਮਾ ਸਿੱਖਾਂ ਦਾ ਇਹ ਈਸਾਈਆਂ ਦਾ ਮੁਸਲਮਾਨਾਂ ਦਾ ਹਾਲਾਂਕਿ ਉਹ ਤਾਂ ਸਮਝਦੇ ਨੇ ਗੁਰੂ ਗ੍ਰੰਥ ਸਾਹਿਬ ਮੈਨੂੰ ਨਹੀਂ ਮੰਨਦੇ ਉਹ ਤਾਂ ਕਹਿੰਦੇ ਵੀ ਤੇਰਾ ਵੀ ਗੋਲ ਜਿਹੜਾ ਸਾਡੇ ਵਾਲਾ ਗੋਲ ਸੀ ਉਹ ਤੇ ਅਸੀਂ ਡੱਕਿਆ ਹੋਇਆ ਅੰਦਰ ਆਪਣੀ ਇਮਾਰਤ ਵਿੱਚ ਤੁਹਾਡਾ ਤੁਸੀਂ ਮੰਦਰਾਂ ਵਿੱਚ ਡੱਕਿਆ ਸਾਰਿਆਂ ਨੇ ਆਪੋ ਆਪਣੇ ਰੱਬ ਉੱਥੇ ਇਹ ਡੱਕੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਵੀ ਨਹੀਂ ਸਾਡਾ ਰੱਬ ਜਿਹੜਾ ਉਹ ਕਿਤੇ ਰੋਕਿਆ ਨਹੀਂ ਉਹ ਖੁੱਲਾ ਹੈ ਸਾਰਿਆਂ ਦੇ ਵਿੱਚ ਜੀ ਰਿਹਾ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਭਾਵ ਉਹਨੂੰ ਹੋਰ ਕਿਤੇ ਉਹ ਨਾਮ ਲੱਭੋ ਸਤਿਗੁਰੂ ਕਹਿ ਰਹੇ ਨੇ ਟਾਈਮ ਖਰਾਬ ਨਾ ਕਰੋ ਜ਼ਿੰਦਗੀ ਐਵੇਂ ਨਾ ਚੌਂਕੜੇ ਦੇ ਨਾਲ ਆ ਕੇ ਕਿਤੇ ਹੋਰ ਆਕਾਸ਼ ਵਿੱਚੋਂ ਲੱਭਦੇ ਰਹੋ ਦੱਖਣੀ ਓਂਕਾਰ ਨਾਮਕ ਜਿਹੜੀ ਬਾਣੀ ਹੈ ਉਹ ਇੱਕ ਪੰਡਿਤ ਦੇ ਸਵਾਲਾਂ ਦੇ ਜਵਾਬਾਂ ਦੇ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਓਂਕਾਰ ਮੂਰਤੀ ਦੇ ਪੁਜਾਰੀ ਓਂਕਾਰ ਇੱਕ ਮੰਦਰ ਦਾ ਨਾਮ ਹੈ ਨਰਮਦਾ ਨਦੀ ਦੇ ਕਿਨਾਰੇ ਤੇ ਪੈਂਦਾ ਹੈ ਇੰਡੀਆ ਵਿੱਚ ਉੱਥੇ ਗਏ ਹਜ਼ੂਰ ਅੱਜ ਉੱਥੇ ਉੱਥੇ ਗੁਰਦੁਆਰਾ ਵੀ ਹੈ ਉੱਥੇ ਬੜੇ ਲੋਕ ਆਉਂਦੇ ਸੀ ਤੇ ਮੂਰਤੀ ਦੇ ਕੋਲ ਬਹਿ ਕੇ ਉਹਨਾਂ ਨੂੰ ਕਹਿੰਦਾ ਸੀ ਕਰੋ ਪੂਜਾ ਓਂਕਾਰ ਓਂਕਾਰ ਦਾ ਮਤਲਬ ਰੱਬ ਹੈ ਸਤਿਗੁਰੂ ਨੇ ਕਿਹਾ ਵੀ ਆਹ ਜਿਹੜੀ ਜਿਹਦੇ ਅੱਗੇ ਤੂੰ ਆਪ ਬੈਠਾ ਮੂਰਤੀ ਹੈ ਨਾ ਤੇ ਇਹ ਰੱਬ ਹੈ ਨਾ ਇਹਨੇ ਲੋਕਾਂ ਨੂੰ ਤੂੰ ਜੋੜੀ ਜਾਂਦਾ ਇਹ ਰੱਬ ਕੁਝ ਵੀ ਨਹੀਂ ਤੇ ਉਹ ਪੰਡਿਤ ਜਿਹੜਾ ਫਿਰ ਬਹੁਤ ਸਿਆਣਾ ਸੀ ਉਹਨੇ ਗੁੱਸਾ ਨਹੀਂ ਕੀਤਾ ਬੜਾ ਧੀਰਜ ਵਾਲਾ ਹੋਵੇਗਾ ਉਹਨੇ ਕਿਹਾ ਸੱਚੇ ਪਾਤਸ਼ਾਹ ਜੇ ਇਹ ਰੱਬ ਨਹੀਂ ਆਹ ਜਿਹੜੀ ਮੂਰਤੀ ਤੁਸੀਂ ਕਹਿੰਦੇ ਹੋ ਜੇ ਇਹ ਰੱਬ ਨਹੀਂ ਪੰਡਿਤ ਨੇ ਕਿਹਾ ਤੇ ਫਿਰ ਰੱਬ ਹੋਰ ਕਿੱਥੇ ਰਹਿੰਦਾ ਹੈ ਬੜਾ ਚੰਗਾ ਉਹਦਾ ਸਵਾਲ ਸੀ ਖੋਜੀ ਸੀ ਟਾਈਮ ਜਿਵੇਂ ਉਹ ਟਾਈਮ ਪਾਸ ਕਰਨ ਵਾਲੇ ਲੋਕਾਂ ਵਿੱਚੋਂ ਨਹੀਂ ਸੀ ਉਹ ਕੁਝ ਲੱਭਣਾ ਚਾਹੁੰਦਾ ਸੀ ਕਿ ਮੈਂ ਧਰਮੀ ਹਾਂ ਕੋਈ ਖੋਜ ਕਰਨੀ ਹੈ ਨਾ ਕਿ ਮੈਂ ਪੱਤਰਕਾਰ ਹਾਂ ਧਿਆਨ ਦੇ ਤੁਹਾਨੂੰ ਕੋਈ ਖਬਰਾਂ ਨਹੀਂ ਕਿ ਇਹ ਤੋਂ ਇਕੱਠੀਆਂ ਕਰੋ ਖੋਪਰੀ ਵਿੱਚ ਭਰੋ ਦੂਜੇ ਨੂੰ ਸੁਣਾ ਦਿਓ ਤੀਜੇ ਤੋਂ ਲਵੋ ਚੌਥੇ ਨੂੰ ਸੁਣਾ ਦਿਓ ਬੜਾ ਗਿਆਨ ਹੋ ਗਿਆ ਜੀ ਬੜਾ ਧਿਆਨ ਕੱਖ ਨੇ ਉੱਥੇ ਗਿਆਨ
ਉਹਦਾ ਕੋਈ ਸੰਬੰਧ ਨਹੀਂ। ਉਹਨੇ ਇੱਕ ਸਵਾਲ ਕੀਤਾ ਜਦੋਂ ਹਜ਼ੂਰ ਨੇ ਕਿਹਾ ਵੀ ਤੇਰੀ ਮੂਰਤੀ ਵਿੱਚ ਰੱਬ ਨਹੀਂ, ਤੇ ਉਹਨੇ ਕਿਹਾ ਮਹਾਰਾਜ ਫਿਰ ਹੁਣ ਰੱਬ ਹੈ ਕਿਤੇ? ਜਦੋਂ ਇਹ ਨਾ ਤੁਸੀਂ ਨਾ ਕਰ ਦਿੱਤੀ ਨਾ ਵੀ ਇੱਥੇ ਨਹੀਂ, ਤੇ ਗੁਰੂ ਸਾਹਿਬ ਬੜੇ ਖੁਸ਼ ਹੋਏ, ਕਹਿੰਦੇ ਹੁਣ ਤੇਰੇ ਨਾਲ ਮੈਂ ਖੁੱਲੀ ਗੱਲ ਕਰਾਂਗਾ ਕਿਉਂਕਿ ਤੂੰ ਜਗਿਆਸੂ ਹੈ, ਤੇਰੇ ਅੰਦਰ ਭੁੱਖ ਹੈ ਤੇ ਮੈਂ ਤੈਨੂੰ ਹੁਣ ਖਾਣਾ ਦਿਆਂਗਾ, ਕਿਉਂਕਿ ਭੁੱਖ ਵਾਲੇ ਮਿਲਦੇ ਬੜੇ ਘੱਟ। ਫਿਰ ਗੁਰੂ ਸਾਹਿਬ ਨੇ ਉਸ ਸਾਰੀ ਬਾਣੀ ਦੇ ਵਿੱਚ ਇੱਕ ਗੱਲ ਤੇ ਜ਼ੋਰ ਦਿੱਤਾ ਕਿ ਤੇਰਾ ਪਰਮਾਤਮਾ ਇਸ ਤੇਰੀ ਬਣਾਈ ਹੋਈ ਮੂਰਤੀ ਵਿੱਚ ਨਹੀਂ, ਇਹ ਤਾਂ ਤੂੰ ਆਪ ਜਾਂ ਕਿਸੇ ਮਿਸਤਰੀ ਤੋਂ ਹਥੌੜੀ ਤੇ ਛੈਣੀ ਦੇ ਨਾਲ ਇੱਕ ਪੱਥਰ ਵਿੱਚੋਂ ਕਢਾਈ ਹੈ, ਉਹ ਤੇਰਾ ਪਰਮਾਤਮਾ ਇਸ ਮੂਰਤੀ ਵਿੱਚ ਨਹੀਂ, ਉਹ ਇਸ ਮੂਰਤੀ ਵਿੱਚ। ਪੰਡਿਤ ਵੱਲ ਇਸ਼ਾਰਾ ਕਰਕੇ ਥਾਂ ਦੱਸ ਦਿੱਤੀ, ਕਹਿੰਦੇ ਇਸ ਮੂਰਤੀ ਵਿੱਚ। ਉਹ ਕਹਿੰਦਾ ਇਹ ਕਿਹੜੀ ਮੂਰਤੀ? ਕਹਿੰਦੇ ਜਿਹੜੀ ਮਾਸ ਦੀ ਬਣੀ ਹੋਈ। ਕਹਿੰਦੇ ਇਹਦੇ ਵਿੱਚ, ਕਹਿੰਦੇ ਹਾਂ ਤੇਰੇ ਵਿੱਚ ਉਹ ਹੀ ਬੋਲ ਰਿਹਾ, ਤੇਰੇ ਵਿੱਚ ਉਹ ਹੀ ਵੇਖ ਰਿਹਾ, ਤੇਰੇ ਵਿੱਚ ਉਹ ਹੀ ਸੁਣ ਰਿਹਾ। ਗੁਰੂ ਨਾਨਕ ਦੇਵ ਜੀ ਦਾ ਪਰਮਾਤਮਾ ਹੋਰ ਕਿਤੇ ਨਹੀਂ, ਮਨੁੱਖ ਦੇ ਵਿੱਚ ਰਹਿੰਦਾ। ਤੇ ਗੁਰੂ ਸਾਹਿਬ ਕਹਿੰਦੇ ਵੀ ਤੂੰ ਇੱਧਰ ਵੀ ਨਾ ਜਾਈ, ਐਵੇਂ ਟਾਈਮ ਖਰਾਬ ਨਾ ਕਰੀ, ਦੂਜਿਆਂ ਵਿੱਚੋਂ ਰੱਬ ਵੇਖਣਾ ਦੂਜਿਆਂ ਵਿੱਚੋਂ ਨਹੀਂ, ਉਹ ਬਾਅਦ ਵਿੱਚ ਹੋਵੇਗਾ, ਉਹ ਅਗਲੀ ਕਲਾਸ। ਬੜੇ ਲੋਕ ਕਹਿੰਦੇ ਜੀ ਸਾਰਿਆਂ ਵਿੱਚ ਰੱਬ ਵੇਖੋ, ਤੁਸੀਂ ਸੁਣਿਆ ਹੋਵੇਗਾ ਕਹਿੰਦੇ ਨੂੰਹ ਵਿੱਚੋਂ ਸੱਸ ਰੱਬ, ਸੱਸ ਦੇ ਵਿੱਚੋਂ ਨੂੰਹ ਵੇਖੇ ਰੱਬ ਨੂੰ ਤੇ ਸੱਸ ਨੂੰਹ ਵਿੱਚੋਂ ਵੇਖੇ। ਉਹ ਵੇਖੇ ਤਾਂ ਸਹੀ, ਉਹ ਫਿਰ ਕੱਲੀ ਨੂੰਹ ਤੇ ਸੱਸ ਵਿੱਚੋਂ ਨਹੀਂ, ਉਹ ਤੇ ਭਾਵੇਂ ਸਾਹਮਣੇ ਕੋਈ ਆ ਗਿਆ, ਉੱਥੇ ਕੋਈ ਗਿਣਿਆ ਹੋਇਆ ਨਹੀਂ ਵੀ ਜ਼ਰੂਰੀ ਨੂੰਹ ਸੱਸ ਨਹੀਂ ਆਪੇ ਦੂਜੇ ਵਿੱਚੋਂ ਵੇਖ, ਉਹ ਤੇ ਜਲ ਉਹ ਤੇ ਨਕਲੀ ਹੈ। ਉਹ ਜਦੋਂ ਬਾਹਰੋਂ ਦਿਸੇਗਾ, ਉਹਦੇ ਤੋਂ ਪਹਿਲਾਂ ਇੱਕ ਹੋਰ ਕੰਮ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ। ਉਹ ਕਹਿੰਦੇ ਨੇ ਬਾਹਰੋਂ ਤਾਂ ਦਿਸੇਗਾ, ਦਿਸ ਪਏਗਾ ਸਾਰਿਆਂ ਵਿੱਚੋਂ, ਪਰ ਪਹਿਲਾਂ ਨਾ ਬਾਹਰੋਂ ਕਹੀਂ ਵੀ ਮੈਂ ਸਾਰਿਆਂ ਵਿੱਚੋਂ ਵੇਖ ਰਿਹਾ। ਭਾਈ ਘਨੱਈਏ ਨੇ ਵੀ ਵੇਖਿਆ ਸੀ, ਮੈਂ ਵੀ ਵੇਖ ਰਿਹਾ, ਨਹੀਂ ਹੋ ਗਿਆ ਸੀ, ਕਿਵੇਂ ਦਿਸੇਗਾ? ਕਹਿੰਦੇ ਪਹਿਲਾਂ ਆਪਣੇ ਆਪ ਵਿੱਚੋਂ ਵੇਖੇਗਾ, ਜਦੋਂ ਤੂੰ ਆਪਣੇ ਆਪ ਵਿੱਚੋਂ ਵੇਖੇਗਾ ਤੈਨੂੰ ਬਾਹਰੋਂ ਦਿਸਣਾ ਸ਼ੁਰੂ ਹੋ ਜਾਏਗਾ। ਔਰ ਇੱਕ ਤੇ ਸਾਡਾ ਆਪਣਾ ਵੀ ਤਜਰਬਾ ਹੈ, ਜੋ ਕੁਝ ਸਾਨੂੰ ਅੱਜ ਭਾਵੇਂ ਰੱਬ ਨਹੀਂ ਆਪਣੇ ਆਪ ਵਿੱਚੋਂ ਦਿਸਿਆ, ਜੋ ਕੁਝ ਸਾਨੂੰ ਆਪਣੇ ਆਪ ਵਿੱਚੋਂ ਅੱਜ ਦਿਸਦਾ ਹੈ, ਸਾਰਿਆਂ ਵਿੱਚੋਂ ਉਹੀ ਬਾਹਰ ਦਿਸੀ ਜਾਂਦਾ। ਆਪਣਾ ਪਰਛਾਵਾਂ ਬਾਹਰ ਪੈਂਦਾ, ਜੋ ਕੁਝ ਮੇਰੇ ਵਿੱਚ। ਇੱਕ ਬੰਦਾ ਬਿਮਾਰ ਹੈ, ਗੁਰੂ ਸਾਹਿਬ ਦੇ ਬਚਨ ਪੜ੍ਹੋ, ਹਜ਼ੂਰ ਕਹਿੰਦੇ ਨੇ ਰੋਗੀ ਕਹਿ ਭਾੜੇ ਸਭ ਰੋਗੀ, ਜਿਵੇਂ ਤੇ ਅਸੀਂ ਆਪ ਹਾਂ ਉਹ ਬਾਹਰ ਉਹ ਸਾਰਾ ਕੁਝ ਫੈਲ ਜਾਂਦਾ, ਵਿਚਰ ਜਾਂਦਾ ਸਾਰੇ ਪਾਸੇ। ਦੁਖੀਏ ਕੋ ਵੇਖੇ ਸਭ ਦੁਖੀਆ, ਜਿਹੜਾ ਬੰਦਾ ਦੁੱਖ ਦੁਖੀ ਹੈ ਉਹ ਆਏਗਾ ਕਹੇਗਾ ਸੂਰਜ ਵੀ ਰੋਂਦਾ ਪਿਆ, ਅੱਜ ਚੰਦਰਮਾ ਵੀ ਰੋਂਦਾ ਪਿਆ, ਤਾਰੇ ਵੀ, ਆ ਸਾਰੇ ਲੋਕ ਉਦਾਸ, ਸੜਕਾਂ ਉਦਾਸ, ਕਿਉਂ? ਉਹਦੇ ਅੰਦਰ ਉਦਾਸੀ, ਬਾਹਰ ਉਦਾਸੀ ਦਿਸੇ। ਕੋਈ ਵੀ ਉਹਨੂੰ ਖੁਸ਼ ਕਰ ਸਕਦਾ, ਭਾਵੇਂ ਫੁੱਲਾਂ ਦੀ ਮਾਲਾ ਪਾਓ, ਜੋ ਮਰਜ਼ੀ ਕਰੋਗੇ। ਜੇ ਕੋਈ ਦੁਖੀ ਹੈ ਉਹਨੂੰ ਦੁੱਖ ਮਿਲ ਦਿਸੇਗਾ, ਜੇ ਕੋਈ ਸੁਖੀ ਹੈ, ਸੁਖੀ ਹੈ ਕੋ ਭੇਖ ਹੈ। ਮੈਂ ਭਗਤੀ ਇਹ ਦੁਖੀਆ ਸ਼ਬਦ ਵਰਤੇ, ਸੁਖੀਆ ਸ਼ਬਦ, ਸੁਖੀਏ ਕੋ ਭੇਖ ਹੈ ਸਭ ਸੁਖੀਆ। ਜੇ ਕਿਸੇ ਨੂੰ ਸੁੱਖ ਹੈ ਉਹ ਕਹੇਗਾ ਚੰਦਰਮਾ ਵੀ ਨੱਚਦਾ ਹੈ ਪਿਆ, ਸੂਰਜ ਵੀ ਨੱਚਦਾ ਹੈ, ਬਾਹਰ ਖੁਸ਼ੀ ਦਿਸੇਗੀ। ਸੁਖੀਏ ਕੋ ਭੇਖ ਹੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ, ਸਾਰੇ ਰੋਗੀ ਦਿਸਣਗੇ। ਸੱਜੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ, ਜਿੱਦਣ ਤੇਰੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤ ਸਾਰਿਆਂ ਵਿੱਚ ਹੈ, ਪਰ ਗੁਰੂ ਸਾਹਿਬ ਨੇ ਇੱਥੇ ਗੱਲ ਨਹੀਂ ਸੀ ਮੁਕਾਈ ਵੀ ਜੋਤ ਹੈ ਸਾਰਿਆਂ ਵਿੱਚ, ਇਹ ਪੰਕਤੀ ਅੱਧੀ ਹੈ, ਇੱਥੇ ਨਹੀਂ ਮੁਕਾਇਆ ਉਹਨਾਂ ਨੇ ਵੀ ਜੋਤ ਹੈ ਤੇ ਗੱਲ ਮੁੱਕ ਗਈ। ਕਹਿ ਦਈਏ ਕਿ ਰੱਬ ਹੈ ਸਾਰਿਆਂ ਵਿੱਚ ਤੇ ਗੱਲ ਮੁੱਕ ਗਈ। ਸੱਚੇ ਪਾਤਸ਼ਾਹ ਕਹਿੰਦੇ ਲਾਈਟ ਤੇ ਤਾਰਾਂ ਵਿੱਚ ਹੈ, ਪਰ ਇਹਦੇ ਕੀ ਅਰਥ ਹੋਏ? ਤਾਰਾਂ ਦੇ ਵਿੱਚ ਲਾਈਟ ਕਰੰਟ ਜਾ ਰਿਹਾ ਹੈ, ਸਵਾਦ ਤੇ ਉਦੋਂ ਆਉਣਾ ਜਦੋਂ ਇਸ ਤਾਰ ਨੂੰ ਬਲਬ ਨਾਲ ਜੋੜ ਦੇਗਾ, ਲਾਈਟ ਨਾਲ ਜੋੜੇਗਾ ਤੇ ਚਾਨਣ ਹੋ ਜਾਏਗਾ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਪ੍ਰਗਟ ਹੋਵੇਗੀ ਤਾਂ ਪਤਾ ਲੱਗਣ, ਉਹਦੇ ਤੋਂ ਬਿਨਾਂ ਕੀ ਅਰਥ? ਸਾਰੇ ਲੋਕ ਬੋਲਣ ਵਾਲੇ ਸੈਂਕੜੇ ਸਾਲਾਂ ਤੋਂ ਬੋਲ ਰਹੇ ਨੇ ਰੱਬ ਸਾਰਿਆਂ ਵਿੱਚ ਰਹਿੰਦਾ, ਸਾਰਿਆਂ ਵਿੱਚ ਰਹਿੰਦਾ, ਇਹਦੇ ਕੋਈ ਅਰਥ ਨਹੀਂ।
ਸ਼ਰਮਾਦੇ ਤੇ ਕਹਿੰਦਾ ਸੀ ਔਰੰਗਜ਼ੇਬ ਦੇ ਸਮੇਂ ਉਹ ਫਕੀਰ ਜਿਹੜਾ ਇਸੇ ਕਰਕੇ ਤੈਨੂੰ ਕਤਲ ਕੀਤਾ ਸੀ ਔਰੰਗਜ਼ੇਬ ਨੇ ਉਹ ਕਹਿੰਦਾ ਸੀ ਕਿਉਂਕਿ ਲੋਕ ਕਹਿੰਦੇ ਸਨ ਰੱਬ ਸਾਰਿਆਂ ਵਿੱਚ ਰੱਬ ਸਾਰਿਆਂ ਵਿੱਚ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿਤੇ ਨੀ ਰੱਬ ਕਿਤੇ ਨਹੀਂ ਹੁਣ ਨਾਸਤਿਕ ਦੇ ਖਿਆਲ ਸਨ ਪਰ ਜਦੋਂ ਉਹਨੂੰ ਕਤਲ ਕਰਨ ਲੱਗੇ ਨਾ ਔਰੰਗਜ਼ੇਬ ਨੇ ਕਿਹਾ ਤਾਂ ਇਹਦੀ ਗਰਦਨ ਕੱਟ ਦਿਓ ਕਤਲ ਕਰ ਦਿਓ ਜਦੋਂ ਕਤਲ ਕਰਨ ਲੱਗੇ ਤੇ ਉਹਨੇ ਜਦੋਂ ਜਲਾਲ ਸਾਹਮਣੇ ਆਇਆ ਇੱਕਦਮ ਕਿਹਾ ਵੀ ਉਹ ਸਾਰਿਆਂ ਵਿੱਚ ਉਹ ਸਾਰਿਆਂ ਵਿੱਚ ਉਹ ਸਾਰਿਆਂ ਵਿੱਚ ਤੇ ਕੋਲ ਜਿਹੜਾ ਖੜਾ ਸੀ ਉਹਨੇ ਕਿਹਾ ਬੋਲਦਾ ਵੀ ਸਾਰੀ ਉਮਰ ਕਹਿੰਦਾ ਸਰ ਨਹੀਂ ਹੁਣ ਕਹਿੰਦਾ ਹੈ ਪਹਿਲਾਂ ਕਹਿ ਦਿੰਦਾ ਬਚ ਜਾਣਾ ਸੀ ਕਹਿੰਦੇ ਬਚਨ ਨਾਲ ਤੋਂ ਪ੍ਰਗਟ ਨਹੀਂ ਹੁੰਦਾ ਮਰਨ ਨਾਲ ਪ੍ਰਗਟ ਹੁੰਦਾ ਆਪ ਗਵਾਈ ਹੈ ਤਾਂ ਸੋ ਪਾਈਏ ਉਹਨੇ ਪ੍ਰਗਟ ਹੀ ਉਦੋਂ ਹੋਣਾ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਅਨਲ ਅਗਮ ਜੈਸੇ ਲਹਿਰ ਮੈਂ ਤੋਦਤ ਜਲ ਕੇਵਲ ਜਲ ਮਾਹੀ ਜੇ ਉਹਨੇ ਕਿਤੇ ਪ੍ਰਗਟ ਹੋਣਾ ਹੈ ਤੇ ਆਦਮੀ ਦੀ ਅੰਦਰੋਂ ਹਉਮੈ ਦੀ ਮੌਤ ਹੋਣੀ ਹੈ ਤੇ ਤਾਂ ਉਹਨੇ ਪ੍ਰਗਟ ਹੋਣਾ ਇਸ ਕਰਕੇ ਇਹ ਕਹਿ ਦੇਣਾ ਜ਼ਿੰਦਗੀ ਨਾਲ ਧੋਖਾ ਹੈ ਵੀ ਉਹ ਸਾਰੇ ਥਾਵਾਂ ਤੇ ਹੈ ਸੱਚੇ ਪਾਤਸ਼ਾਹ ਕਹਿੰਦੇ ਜਿੱਦਣ ਪ੍ਰਗਟ ਹੋਵੇਗਾ ਉਦਣ ਤਸੱਲੀ ਹੋਣੀ ਉਸ ਤੋਂ ਪਹਿਲਾਂ ਨਹੀਂ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਪੰਡਿਤ ਜੀ ਉਹ ਪਰਮਾਤਮਾ ਜਿਹਨੂੰ ਤੂੰ ਮੂਰਤੀ ਵਿੱਚ ਸਮਝਣਾ ਹੈ ਉਹ ਤੇਰੇ ਵਿੱਚ ਹੈ ਸਭ ਤੋਂ ਪਹਿਲਾਂ ਹੋਰ ਕਿਤੇ ਗਏ ਨਹੀਂ ਇਸ ਲਈ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਨੂੰ ਜਗ ਜੀਵਨ ਕਿਹਾ ਜਗ ਜੀਵਨ ਜਗਤ ਦਾ ਜੀਵਨ ਜਿੱਥੇ ਜਿੱਥੇ ਕੋਈ ਜੀ ਰਿਹਾ ਹੈ ਕੋਈ ਪਸ਼ੂ ਕੋਈ ਪੰਛੀ ਉੱਡ ਰਿਹਾ ਆਕਾਸ਼ ਵਿੱਚ ਕੋਈ ਪੰਛੀ ਪਸ਼ੂ ਤੁਰ ਰਿਹਾ ਕੋਈ ਮਨੁੱਖ ਤੁਰ ਰਿਹਾ ਉਹਦੇ ਵਿੱਚ ਜਿਹੜੀ ਹਰਕਤ ਹੋ ਰਹੀ ਹੈ ਜੋ ਕੁਝ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਕਹਿੰਦੇ ਉਹ ਹੀ ਹੈ ਰੱਬ ਉਹਦੇ ਵਿੱਚ ਡੁੱਬ ਤੂੰ ਸਿੱਧਾ ਨਹੀਂ ਉਹਦੇ ਨਾਲ ਜਾ ਸਕਦਾ ਆਪਣੇ ਆਪੇ ਨੂੰ ਵੇਖਣ ਵਾਸਤੇ ਤੈਨੂੰ ਗੁਰੂ ਕੇ ਸ਼ਬਦ ਦੀ ਕਮਾਈ ਕਰਨੀ ਪਏਗੀ ਗੁਰਬਾਣੀ ਨਾਲ ਜੁੜਨਾ ਪਏਗਾ ਜਿਉਂ ਜਿਉਂ ਤੂੰ ਗੁਰੂ ਨਾਲ ਜੁੜੇਗਾ ਗੁਰੂ ਚਰਨਾਂ ਨਾਲ ਤੇ ਤਿਉਂ ਤਿਉਂ ਤੇਰੀ ਸਾਂਝ ਉਹਦੇ ਨਾਲ ਬਣਨੀ ਸ਼ੁਰੂ ਹੋ ਜਾਏਗੀ ਉਹ ਜਗ ਜੀਵਨ ਹੈ ਜਗਤ ਦਾ ਜੀਵਨ ਕਹਿੰਦੇ ਸਾਰੇ ਧਰਮੀ ਬੰਦੇ ਸਿਰਫ ਜਗਤ ਦੇ ਜੀਵਨ ਨੂੰ ਭੁੱਲ ਗਏ ਹਨ ਤਿਆਗ ਦਿੱਤਾ ਜਗ ਜੀਵਨ ਪੁਰਖ ਵਿਸਾਰਕ ਹੈ ਮਾਨਸ ਸੰਧੀ ਆਸ ਇਸ ਤਰ੍ਹਾਂ ਜਗ ਜੀਵਨ ਪੁਰਖ ਨੂੰ ਭੁੱਲ ਜਾਣਾ ਤੇ ਮੈਂ ਬੇਨਤੀ ਕਰ ਰਿਹਾ ਸੀ ਕਿਸੇ ਦੇ ਪੱਖ ਵਿੱਚ ਨਹੀਂ ਪਰਮਾਤਮਾ ਉਹ ਨਿਰਪੱਖ ਹੈ ਨਿਰ ਆਰੰਭ ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੀ ਨਿਰਲੰਭ ਹੋਣ ਦੀ ਜਾਚ ਸਿੱਖ ਕਿਸੇ ਪੱਖ ਵਿੱਚ ਨਾ ਜੀ ਨਿਰਪੱਖ ਹੋ ਕੇ ਜੀ ਤੇਰੀ ਸਾਂਝ ਉਹਦੇ ਨਾਲ ਬਣੇਗੀ ਇਸ ਢੰਗ ਦੇ ਨਾਲ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੋ ਸੰਤੋ ਸੋ ਸਿੱਖ ਸਤਮੁਖ ਹੋਏ ਸਿੱਖ ਆਪਣੇ ਗੁਰੂ ਤੋਂ ਬਿਨਾਂ ਕਿਸੇ ਨੂੰ ਜਾਣਦਾ ਹੀ ਨਹੀਂ ਆ ਇੱਕ ਪੰਕਤੀ ਕੀਰਤਨ ਵਿੱਚ ਗਾਈ ਜਾ ਰਹੀ ਸੀ ਜਿਹਦੇ ਲਫ਼ਜ਼ ਸਨ ਕਿ ਕੋਈ ਵੀ ਸਿੱਖ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਹਜ਼ਾਰਾਂ ਹੀ ਉਪਾਅ ਕਰੇ ਜਿੰਨੇ ਮਰਜ਼ੀ ਉਪਾਅ ਕਰੇ ਪਰ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹ ਸਾਰੇ ਗੁਰੂ ਦੇ ਦਰ ਤੇ ਪ੍ਰਵਾਨ ਵੀ ਹੋ ਜਾਂਦੇ ਕਿੰਨੇ ਉਪਾਅ ਕੀਤੇ ਜਾਂਦੇ ਨੇ ਕਿੰਨਾ ਕੁਝ ਕੀਤਾ ਜਾ ਸਕਦਾ ਹੈ ਅਨੇਕ ਉਪਾਅ ਕਰੀ ਗੁਰ ਕਾਰਨ ਗੁਰੂ ਨੂੰ ਖੁਸ਼ ਕਰਨ ਵਾਸਤੇ ਸਤਿਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਆਦਮੀ ਅਨੇਕ ਉਪਾਅ ਕਰਦਾ ਹੈ ਉਹਦੇ ਵਿੱਚ ਪਾਠ ਵੀ ਹੁੰਦਾ ਉਹਦੇ ਵਿੱਚ ਸੇਵਾ ਵੀ ਹੁੰਦੀ ਉਹਦੇ ਵਿੱਚ ਦਸਵੰਧ ਵੀ ਦਿੰਦਾ ਹੈ ਉਹਦੇ ਵਿੱਚ ਗੁਰੂ ਕੀ ਹਾਜ਼ਰੀ ਵੀ ਭਰਦਾ ਹੈ ਇਹ ਉਪਾਅ ਨੇ ਸਾਰੇ ਪਰ ਉਹ ਕੋਈ ਅੱਗੇ ਥਾਂ ਪਿਆ ਹੈ ਕਿ ਨਹੀਂ ਕਹਿੰਦੇ ਅਨੇਕ ਉਪਾਅ ਕਰੀ ਗੁਰ ਕਾਰਨ ਗੁਰ ਭਾਵ ਹੈ ਸੋਏ ਸੋ ਥਾਂ ਪਾਈ ਜਿਹੜਾ ਕੰਮ ਸਿੱਖ ਦਾ ਗੁਰੂ ਨੂੰ ਚੰਗਾ ਲੱਗ ਗਿਆ ਉਦੋਂ ਪ੍ਰਵਾਨ ਕਰੇਗਾ ਕੰਮ ਭਾਵੇਂ ਚੰਗਾ ਵੀ ਹੋਵੇ ਧਿਆਨ ਦੇਣਾ ਜ਼ਰੂਰੀ ਨਹੀਂ ਕੰਮ ਭਾਵੇਂ ਚੰਗਾ ਵੀ ਹੋਵੇ ਉਹ ਚੰਗਾ ਕੰਮ ਕਿਹੜਾ ਹੈ ਆ ਇੱਕ ਪੰਕਤੀ ਹੋਰ ਮੈਂ ਪੜ੍ਹ ਦਿਆਂ ਜਿਹਦੇ ਵਿੱਚ ਸਿੱਖ ਦਾ ਜਿਉਣ ਦਾ ਢੰਗ ਹੈ ਉਹਦੀ ਸੇਵਾ ਕਰਨ ਦਾ ਢੰਗ ਹੈ ਉਹਦੇ ਸਿਮਰਨ ਕਰਨ ਦਾ ਢੰਗ ਹੈ ਉਹ ਢੰਗ ਕਿਹੜਾ ਹੈ ਉਹ ਢੰਗ ਹੈ ਦਾਅਵੇ ਤੋਂ ਰਹਿਤ ਕੀਤੀ ਹੋਈ ਸੇਵਾ ਕੰਮ ਕਰਨਾ ਤੇ ਦਾਅਵਾ ਨਾ ਕਰਨਾ
ਗੁਰੂ ਸਾਹਿਬ ਨੇ ਸੇਵਕ ਦੀ ਪਰਿਭਾਸ਼ਾ ਵਿੱਚ ਕਿਹਾ ਹੈ ਕਹਿਆ ਕਰਨਾ ਦਿੱਤਾ ਲੈਣਾ ਇਹਨਾਂ ਦੋ ਚੀਜ਼ਾਂ ਤੇ ਸਿੱਖੀ ਜਾਂਦੀ ਧਿਆਨ ਦੇਣਾ ਕਹਿਆ ਕਰਨਾ ਜੋ ਕੁਝ ਕਹੀ ਗਿਆ ਗੁਰੂ ਨੇ ਕਹਿ ਦਿੱਤਾ ਕਰੀ ਜਾਣਾ ਪਰ ਤੁਸੀਂ ਪੁੱਛਣਾ ਨਹੀਂ ਕਿਉਂ ਕਰਨਾ ਇਹ ਵੀ ਪੁੱਛਣਾ ਵੀ ਇਹਦੇ ਕੀ ਅਰਥ ਹੋਣਗੇ ਤੁਸੀਂ ਆਹ ਮੈਨੂੰ ਕੰਮ ਕਿਹਾ ਹੈ ਥੜੇ ਬਣਾਉਣ ਲਈ ਕਿਹਾ ਇਹ ਕਿਉਂ ਨਹੀਂ ਕਾਹਦੇ ਵਾਸਤੇ ਨੇ ਇਹ ਨਹੀਂ ਪੁੱਛਣਾ ਜਿੱਦਣ ਇਹ ਪੁੱਛ ਲਿਆ ਉਦਣ ਗੁਰੂ ਗੁਰੂ ਨਹੀਂ ਰਿਹਾ ਤੇ ਸਿੱਖ ਸਿੱਖ ਨਹੀਂ ਰਿਹਾ ਉਸ ਦਿਨ ਕੀ ਹੋਇਆ ਉਸ ਦਿਨ ਇੱਕ ਵਪਾਰ ਸ਼ੁਰੂ ਹੋ ਗਿਆ ਉਸ ਦਿਨ ਇੱਕ ਅਧਿਆਪਕ ਹੈ ਤੇ ਇੱਕ ਟੀਚਰ ਸਿੱਖ ਨੂੰ ਉਹਦਾ ਵਿਦਿਆਰਥੀ ਹੈ ਉਹਨੇ ਪੁੱਛਣਾ ਨਹੀਂ ਪਰਖ ਕੇ ਵੀ ਪੁੱਛਣਾ ਕਿਉਂ ਹੈ ਸਿੱਖ ਨਹੀਂ ਪੁੱਛ ਸਕਦਾ ਵੀ ਤੁਸੀਂ ਆਹ ਮੈਨੂੰ ਕੇਸ ਰੱਖਣ ਲਈ ਕਿਉਂ ਕਿਹਾ ਨਹੀਂ ਪੁੱਛਿਆ ਉਹਦਾ ਅਧਿਕਾਰ ਨਹੀਂ ਪੁੱਛਣਦਾ ਕਹਿਆ ਕਰਨਾ ਜੋ ਕੁਝ ਕਿਹਾ ਕਰੀ ਜਾਣਾ ਇਹ ਪਹਿਲੀ ਪੌੜੀ ਸਿੱਖ ਦੇ ਜੀਵਨ ਦੀ ਪਹਿਲੀ ਕਲਾਸ ਹੈ ਆਪਾਂ ਪਹਿਲੀ ਵਿੱਚ ਹੀ ਅੜ ਗਏ ਪਹਿਲੀ ਵਿੱਚ ਹੀ ਖਲੋ ਗਏ ਆਹ ਕਿਉਂ ਪੰਜ ਪ੍ਰਕਾਰ ਦਿੱਤੇ ਆਹ ਕਿਉਂ ਕਿਹਾ ਵੀ ਪਾਠ ਕਰੋ ਇਹ ਪੁੱਛਣਾ ਨਹੀਂ ਸਿੱਖ ਨੇ ਕਰਨਾ ਸਿੱਖ ਕਹਿਆ ਕਰਨਾ ਤੇ ਇੱਕ ਅਗਲੀ ਸ਼ਰਤ ਜਿਹੜੀ ਹੁਣ ਕਹਿਆ ਤੇ ਕਰ ਲੈਣਾ ਇਹ ਤੇ ਕੰਮ ਸੌਖਾ ਧਿਆਨ ਦੇਣਾ ਔਖਾ ਵੀ ਹੈ ਤੇ ਸੌਖਾ ਵੀ ਹੈ ਪਰ ਇਹ ਅਗਲੇ ਨਾਲੋਂ ਸੌਖਾ ਜਿਹੜਾ ਅੱਗੇ ਕਿਹਾ ਕਹਿਆ ਕਰਨਾ ਜੋ ਕੁਝ ਗੁਰੂ ਨੇ ਕਿਹਾ ਸਿੱਖ ਨੇ ਸਵੇਰ ਤੋਂ ਸ਼ਾਮ ਤੱਕ ਕਰ ਦਿੱਤਾ ਗੁਰੂ ਨੇ ਕਿਹਾ ਸੀ ਅੰਮ੍ਰਿਤ ਵੇਲੇ ਜਾਗ ਸਵੇਰੇ ਜਾਗ ਪਿਆ ਹਿੰਮਤ ਕੀਤੀ ਕੰਮ ਬਹੁਤ ਵੱਡਾ ਸੀ ਫਿਰ ਕਿਹਾ ਵੀ ਇਸ਼ਨਾਨ ਪਾਣੀ ਆਦਿ ਕਰ ਫਿਰ ਤੂੰ ਨਿਤਨੇਮ ਕਰ ਸਿਮਰਨ ਕਰ ਉਹ ਵੀ ਕਰ ਲਿਆ ਕਹਿਆ ਕਰ ਫਿਰ ਤੂੰ ਧਰਮ ਦੀ ਕਿਰਤ ਕਰਨੀ ਹੈ ਕੰਮ ਕਰਨਾ ਹੈ ਸੱਚ ਬੋਲਣਾ ਹੈ ਉਹ ਵੀ ਸਿੱਖ ਨੇ ਔਖੇ ਸੌਖੇ ਹੋ ਕੇ ਕਰ ਹੀ ਲਿਆ ਔਖਾ ਬਹੁਤ ਸੀ ਸ਼ਾਮ ਪਈ ਫਿਰ ਕਿਹਾ ਸੀ ਰਹਿ ਰਸ ਕਰਨਾ ਉਹ ਵੀ ਕਰ ਲਿਆ ਫਿਰ ਕਿਹਾ ਸੀ ਗੁਰਦੁਆਰੇ ਜਾਣਾ ਹੈ ਫਿਰ ਚਲਾ ਗਿਆ ਮੱਥਾ ਟੇਕਿਆ ਸੇਵਾ ਕੀਤੀ ਸਾਰਾ ਕੁਝ ਕਰ ਲਿਆ ਕੰਮ ਔਖਾ ਸੀ ਪਰ ਅਗਲਾ ਇਹਦੇ ਤੋਂ ਵੀ ਔਖਾ ਹੈ ਕਹਿਆ ਕਰਨਾ ਇਹ ਤੇ ਕਰ ਲਿਆ ਪਰ ਅੱਗੇ ਲਫ਼ਜ਼ ਆਉਂਦਾ ਦਿੱਤਾ ਲੈਣਾ ਆ ਚਾਰ ਅੱਖਰ ਨੇ ਇਹਨਾਂ ਵਿੱਚ ਸਿੱਖੀ ਸਮਾਪਤ ਹੋ ਜਾਂਦੀ ਦਿੱਤਾ ਲੈਣਾ ਕਰਨਾ ਸਾਰਾ ਕੁਝ ਪਰ ਉਹਦੇ ਤਬਾਦਲੇ ਦੇ ਵਿੱਚ ਕੁਝ ਮੰਗਣਾ ਨਹੀਂ ਜੋ ਕੁਝ ਮਿਲ ਗਿਆ ਹੱਥ ਕਰਕੇ ਲੈ ਇਹ ਬਹੁਤ ਔਖਾ ਕਿਉਂਕਿ ਅੰਦਰ ਦਲ ਫੜਦਾ ਮਨ ਉਹ ਕਹਿੰਦਾ ਜਦੋਂ ਮੈਂ ਇੰਨਾ ਕੀਤਾ ਤੇ ਫਿਰ ਮਿਲਣ ਵਿੱਚ ਕੀ ਦੇਰ ਹੋ ਗਈ ਕੀ ਕਮੀ ਇਸ ਰਹਿਤ ਨੂੰ ਸਮਝ ਲੈਣਾ ਸੀ ਬਹੁਤ ਸਾਰੇ ਮੇਰੇ ਖਿਆਲ ਵਿੱਚ ਆ ਇੱਕੋ ਪੰਕਤੀ ਸਾਡੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇ ਦਿੰਦੀ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਨ ਅਸਿੱਖੀ ਦੀ ਸੰਪੂਰਨ ਭਾਸ਼ਾ ਬਹੁਤੇ ਲੰਬੇ ਗਿਆਨ ਵਿੱਚ ਪੈਣ ਦੀ ਜ਼ਰੂਰਤ ਹੀ ਨਹੀਂ ਪਹਿਲਾਂ ਤੇ ਜੋ ਕੁਝ ਕਹਿਣਾ ਉਸੇ ਤਰ੍ਹਾਂ ਕਰਨਾ ਪਰ ਕਰਨ ਤੋਂ ਬਾਅਦ ਉਹਦੇ ਤਬਾਦਲੇ ਦੇ ਵਿੱਚ ਕੁਝ ਚਾਹੁਣਾ ਨਹੀਂ ਕੋਈ ਮੰਗ ਨਹੀਂ ਕਰਨੀ ਕੋਈ ਇੱਛਾ ਨਹੀਂ ਕਰਨੀ ਦਿੱਤਾ ਲੈਣਾ ਜੋ ਕੁਝ ਮਿਲ ਗਿਆ ਉਹ ਲੈ ਲਈ ਉਹਦੇ ਤੋਂ ਵੱਧ ਨਹੀਂ ਮਨ ਟਿਕਦਾ ਕਿ ਨਹੀਂ ਟਿਕਦਾ ਇਹਦੇ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ ਕੰਮ ਸਿੱਖ ਨੇ ਕੰਮ ਕਰਨਾ ਸੀ ਮਨ ਨਹੀਂ ਟਿਕਦਾ ਕਿ ਟਿਕਦਾ ਕੋਈ ਪ੍ਰਾਪਤੀ ਹੋਈ ਹੈ ਕਿ ਨਹੀਂ ਹੋਈ ਕੁਝ ਵੀ ਮਿਲਿਆ ਕਿ ਨਹੀਂ ਮਿਲਿਆ ਇਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਇਹ ਸਿੱਖ ਸੰਪੂਰਨਤਾ ਦੇ ਨੇੜੇ ਆ ਹੁਣ ਉਹਦੇ ਤੇ ਕਿਰਪਾ ਹੋ ਗਈ ਆਮ ਤੌਰ ਤੇ ਕਿਰਪਾ ਦੇ ਆਉਣ ਦਾ ਜਿਹੜਾ ਦਰਵਾਜ਼ਾ ਜਿੱਧਰੋਂ ਦੀ ਕਿਰਪਾ ਆਉਣੀ ਹੈ ਉਹ ਦੋ ਚੀਜ਼ਾਂ ਨਾਲ ਬੰਦ ਹੋਇਆ ਪਿਆ ਆਸਾ ਤੇ ਅੰਦੇਸ਼ਾ ਬਾਣੀ ਪੜ੍ਹ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਇੱਕ ਚੀਜ਼ ਦਾ ਜਵਾਬ ਦਿੱਤਾ ਜਿੱਧਰੋਂ ਕਿਰਪਾ ਆਉਣੀ ਹੈ ਨਾ ਜਿਹੜਾ ਦਰਵਾਜ਼ਾ ਬੰਦ ਗੁਰੂ ਸਾਹਿਬ ਨੇ ਕਿਰਪਾ ਭੇਜਣੀ ਹੈ ਸਾਡੇ ਵੱਲ ਰਹਿਮਤ ਭੇਜਣੀ ਹੈ ਉਸ ਦਰਵਾਜ਼ੇ ਨੂੰ ਦੋ ਜਿਹੜੇ ਨੇ ਪੱਟ ਉਹ ਅੱਗੇ ਲੱਗੇ ਹੋਏ ਨੇ ਉਹਨਾਂ ਦਾ ਨਾਮ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਕਿਹੜੇ ਕਿਹੜੇ ਨੇ ਆਸਾ ਅੰਦੇਸ਼ਾ ਦੋਏ ਪੱਟ ਜੜੇ ਪੱਟ ਦਾ ਹੁੰਦਾ ਦਰਵਾਜ਼ੇ ਦੋ ਤਾਕ ਲੱਗੇ ਹੋਏ ਨੇ ਕਿਹਨੂੰ ਉਸ ਰਾਹ ਨੂੰ ਜਿੱਥੋਂ ਗੁਰੂ ਦੀ ਕਿਰਪਾ ਸਿੱਖ ਦੇ ਜੀਵਨ ਵਿੱਚ ਪ੍ਰਵੇਸ਼ ਕਰਨੀ ਹੈ ਉਹ ਦੋ ਕਾਹਦੇ ਬਣੇ ਹੋਏ ਨੇ ਇੱਕ ਤੇ ਆਸਾ ਆਸਾ ਦਾ ਮਤਲਬ ਇੱਛਾ ਵੀ ਮੈਂ ਇੰਨਾ ਕੀਤਾ ਤੇ ਹੁਣ ਕੁਝ ਹੋਵੇ
ਮੈਂ ਇਹਨਾਂ ਕੀਤਾ ਤੂੰ ਬੜਾ ਕੋਈ ਬ੍ਰਹਮ ਗਿਆਨੀ ਕਿਸੇ ਨੂੰ ਦਿਆ ਉਪਦੇਸ਼ ਕਿਸੇ ਦੇ ਸਿਰ ਤੇ ਰੱਖਾਂ ਹੱਥ ਤੇ ਵਾਹ 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 ਹੋ ਜਾਏ ਸ਼ਹਿਰ ਵਿੱਚ ਇਹ ਆਸਾ ਆਸਾ ਇੱਕ ਪ੍ਰਕਾਰ ਦੀ ਨਹੀਂ ਇੱਕ ਤੇ ਆਸਾ ਇਹ ਨਾ ਵੀ ਗਿਆ ਸੀ ਗੁਰਦੁਆਰੇ ਧੰਗ ਵੇਲੇ ਦੁਕਾਨ ਚੱਲੇ ਤੇ ਬਾਹਰ ਵੀ ਛੋਟੀ ਜਿਹੀ ਗੱਲ ਗੁਰੂ ਵਾਸਤੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਤੇ ਬਾਹਰ ਵੀ ਆਸਾ ਹੈ ਪਰ ਅੰਦਰ ਵੀ ਆਸਾ ਇੰਨੀ ਲੰਮੀ ਆਸਾ ਇੰਨੀ ਲੰਮੀ ਇੱਛਾ ਤੁਸੀਂ ਪੁਰਾਤਨ ਸਨਾਤਨ ਜਿਹੜਾ ਇਤਿਹਾਸ ਹੈ ਹਿੰਦੂਆਂ ਦਾ ਉਹਦੇ ਵਿੱਚ ਕਹਾਣੀ ਸੁਣੀ ਹੋਵੇਗੀ ਉਹਦਾ ਹੀ ਜ਼ਿਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੱਟੀ ਦੀ ਵਾਰ ਵਿੱਚ ਕੀਤਾ ਹੈ ਮੈਂ ਥੋੜੀ ਜਿਹੀ ਬੇਨਤੀ ਕਰ ਜਿਹਦੇ ਉੱਤੇ ਬੜਾ ਵਿਵਾਦ ਹੈ ਵਿਵਾਦ ਕੋਈ ਨਹੀਂ ਸਿਰਫ ਕੁੰਡੀ ਖੇਡਣ ਵਾਲੇ ਅਥਲੀਟ ਬਣ ਗਏ ਹੋਰ ਕੁਝ ਨਹੀਂ ਪੜਿਆ ਨਹੀਂ ਉਹਦੇ ਵਿੱਚ ਇੱਕ ਕਹਾਣੀ ਆਉਂਦੀ ਆਸਾ ਬਾਰੇ ਚੰਡੀ ਦੀ ਵਾਰ ਵਿੱਚ ਉਹਦੇ ਵਿੱਚ ਗੁਰੂ ਸਾਹਿਬ ਇੱਕ ਦੇਵੀ ਦੀ ਕਹਾਣੀ ਕਹਿ ਰਹੇ ਨੇ ਬਈ ਇਹਨਾਂ ਰਾਕਸ਼ਸਾਂ ਦੀ ਦੈਂਤਾਂ ਦੀ ਤੇ ਦੇਵਤਿਆਂ ਦੀ ਲੜਾਈ ਹੋ ਗਈ ਆਪਸ ਵਿੱਚ ਇਹ ਉਦਾਹਰਣਾਂ ਦਿੱਤੀਆਂ ਸਨ ਗੁਰੂ ਸਾਹਿਬ ਨੇ ਇਹ ਨਹੀਂ ਸੀ ਕਿਹਾ ਵੀ ਦੈਂਤਾਂ ਨੂੰ ਤੁਸੀਂ ਇਹਨਾਂ ਦੇਵਤਿਆਂ ਦੀ ਪੂਜਾ ਕਰਨੀ ਦੇਖੋ ਅਸੀਂ ਸਮਝਿਆ ਨੀ ਨਾ ਗੱਲ ਇਸ ਸਾਰੀ ਬਾਣੀ ਦਾ ਸਾਰਾਂਸ਼ ਭਾਵ ਇਹ ਹੈ ਕਿ ਦੈਂਤਾਂ ਤੇ ਦੇਵਤਿਆਂ ਦੀ ਲੜਾਈ ਹੋਈ ਦੇਵਤੇ ਜਿਹੜੇ ਨੇ ਦੈਂਤਾਂ ਨੇ ਮਾਰ ਕੇ ਕੱਢ ਦਿੱਤੇ ਬਾਹਰ ਇਹ ਇਤਿਹਾਸ ਹੈ ਤਵਾਰੀਖ ਹੈ ਗੁਰੂ ਸਾਹਿਬ ਇਹਨੂੰ ਇਹ ਨਹੀਂ ਕਹਿ ਰਹੇ ਵੀ ਮੈਂ ਬਣਾਇਆ ਪਿੱਛੋਂ ਆ ਰਿਹਾ ਸੀ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਵਾਂ ਤੇ ਉਦਾਹਰਣਾਂ ਹੁੰਦੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਨੇ ਵੀ ਇੱਕ ਗਜ ਹਾਥੀ ਸੀ ਉਹ ਪਾਣੀ ਪੀਣ ਗਿਆ ਦਰਿਆ ਤੋਂ ਤੇ ਉਹਨੂੰ ਤੇਂਦੂਏ ਨੇ ਫੜ ਲਿਆ ਉਹਨੇ ਰੱਬ ਨੂੰ ਪੁਕਾਰਿਆ ਤੇ ਰੱਬ ਨੇ ਉਹਨੂੰ ਛੁਡਾ ਲਿਆ ਇਹ ਕਹਾਣੀ ਹੈ ਇਹ ਪੁਰਾਣੀ ਕਹਾਣੀ ਪੁਰਾਣਾ ਵਿੱਚ ਲਿਖੀ ਹੋਈ ਇਹ ਜਿਹੜਾ ਹਾਥੀ ਸੀ ਇਹਦਾ ਨਾਮ ਸੀ ਗਜ ਪੁਰਾਣਾ ਵਿੱਚ ਇਹ ਕਹਾਣੀ ਲਿਖੀ ਹੋਈ ਹੈ ਕਿ ਇਹ ਹਾਥੀ ਪਹਿਲਾਂ ਸਵਰਗ ਦੇ ਵਿੱਚ ਇੱਕ ਗਵੱਈਆ ਸੀ ਇਹਨੇ ਕੋਈ ਗਲਤੀ ਕਰ ਦਿੱਤੀ ਉਹਨਾਂ ਥੱਲੇ ਡੇਗ ਦਿੱਤਾ ਇਹ ਹਾਥੀ ਬਣ ਗਿਆ ਇਹ ਕਹਾਣੀ ਸੀ ਜੇ ਤਰਕ ਦੇ ਆਧਾਰ ਤੇ ਜਾਓ ਤੇ ਉੱਥੇ ਵੀ ਤਰਕ ਪੈਦਾ ਹੁੰਦਾ ਵੀ ਕਿੱਥੋਂ ਆਇਆ ਸੀ ਕਿਹੜਾ ਸਵਰਗ ਕਿੱਥੋਂ ਡਿੱਗਾ ਪਰ ਲਿਖੀ ਹੋਈ ਉਹਨਾਂ ਸਿਰਫ ਉਦਾਹਰਣ ਲਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਿੱਥੇ ਚਾਰ ਪੰਜ ਲੋਕਾਂ ਦਾ ਜ਼ਿਕਰ ਕੀਤਾ ਉੱਥੇ ਉਹਨਾਂ ਨੇ ਗਜ ਹਾਥੀ ਦਾ ਵੀ ਜ਼ਿਕਰ ਕੀਤਾ ਕਿ ਜਬ ਹੀ ਸ਼ਰਨ ਰਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ ਉਹ ਛੁੱਟ ਗਿਆ ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਇਹ ਉਦਾਹਰਣ ਲਈਏ ਗੁਰੂ ਤੇਗ ਬਹਾਦਰ ਸਾਹਿਬ ਇਹ ਨਹੀਂ ਕਹਿ ਰਹੇ ਵੀ ਤੁਸੀਂ ਗਜ ਦੀ ਪੂਜਾ ਕਰੋ ਇਸੇ ਤਰ੍ਹਾਂ ਇਸ ਬਾਣੀ ਵਿੱਚ ਜਿਹੜੀ ਅਰਦਾਸ ਵਿੱਚ ਪਹਿਲੀ ਪੌੜੀ ਪੜੀ ਜਾਂਦੀ ਚੰਡੀ ਦੀ ਵਾਰ ਉਹਦੇ ਵਿੱਚ ਕਹਾਣੀ ਲਈ ਗਈ ਹੈ ਕਹਿੰਦੇ ਦੈਂਤਾਂ ਤੇ ਦੇਵਤਿਆਂ ਦੀ ਲੜਾਈ ਹੋਈ ਦੈਂਤਾਂ ਨੇ ਦੇਵਤਿਆਂ ਨੂੰ ਹਰਾ ਦਿੱਤਾ ਉਹ ਵਿਚਾਰੇ ਲੁਕਦੇ ਫਿਰਦੇ ਲੁਕਦੇ ਲੁਕਦੇ ਉਹ ਕਹਿੰਦੇ ਇੱਕ ਥਾਂ ਤੇ ਗਏ ਉੱਥੇ ਦੁਰਗਾ ਨਾਮ ਦੀ ਇੱਕ ਭਾਵੇਂ ਉਹਨੂੰ ਦੇਵੀ ਕਹਿ ਲਓ ਭਾਵੇਂ ਇਸਤਰੀ ਕਹਿ ਲਓ ਉਹ ਹਥਿਆਰਬੰਦ ਸੀ ਅਣਕੁਆਲੇ ਸੀ ਉਹਦੇ ਕੋਲ ਗਏ ਜਾ ਕੇ ਆਪਣਾ ਦੁੱਖ ਰੋਇਆ ਉਹਨੇ ਕਿਹਾ ਵੀ ਮੈਂ ਤੁਹਾਡਾ ਸਾਥ ਦੇਣੀ ਆ ਉਹਨੇ ਆ ਕੇ ਦੈਂਤਾਂ ਨੂੰ ਮਾਰ ਕੇ ਭਜਾ ਦਿੱਤਾ ਤੇ ਜਿਹੜੇ ਦੇਵਤੇ ਸਨ ਛਡਾਏ ਆ ਹੈ ਸਾਰੀ ਕਹਾਣੀ ਉਹਦੇ ਵਿੱਚ ਉਹਦਾ ਭਾਵ ਕੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਲਿਖੀ ਇਹਦਾ ਇਹਦੇ ਬੈਕ ਸਾਈਡ ਤੇ ਗੱਲ ਕੀ ਸੀ ਮਨੋਵਿਗਿਆਨ ਕੀ ਸੀ ਮਨੋਵਿਗਿਆਨ ਸਿਰਫ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਉਸ ਕੌਮ ਨਾਲ ਗੱਲ ਕਰ ਰਹੇ ਸਨ ਉਹਨਾਂ ਲੋਕਾਂ ਨਾਲ ਗੱਲ ਕਰ ਰਹੇ ਸਨ ਜਿਹੜੇ ਸਦੀਆਂ ਤੋਂ ਦੈਂਤਾਂ ਦੇਵਤਿਆਂ ਤੇ ਇਸ ਦੁਰਗਾ ਨੂੰ ਮੰਨਦੇ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਉਦਾਹਰਣ ਦੇ ਕੇ ਉਸ ਵੇਲੇ ਦੇ ਹਿੰਦੂਆਂ ਨੂੰ ਜਿਹੜੇ ਲਤਾੜੇ ਗਏ ਸਨ ਜਿਨ੍ਹਾਂ ਦੇ ਮੰਦਰ ਢਾ ਦਿੱਤੇ ਸਨ ਔਰੰਗਜ਼ੇਬ ਨੇ ਜਿਨ੍ਹਾਂ ਦੀਆਂ ਮੂਰਤੀਆਂ ਤੋੜ ਦਿੱਤੀਆਂ ਸਨ ਜਿਨ੍ਹਾਂ ਦੇ ਜਨੇਊ ਲਾ ਦਿੱਤੇ ਸਨ ਜਿਨ੍ਹਾਂ ਦੀਆਂ ਮੋਦੀਆਂ ਤੋੜ ਦਿੱਤੀਆਂ ਸਨ ਸੱਚੇ ਪਾਤਸ਼ਾਹ ਨੇ ਉਦਾਹਰਣ ਦੇ ਕੇ ਕਿਹਾ ਸੀ ਭਾਈ ਜਦੋਂ ਜ਼ੁਲਮ ਹੋਇਆ ਸੀ ਤੇ ਇੱਕ ਇਸਤਰੀ ਹੋ ਕੇ ਉਹਨੇ ਤਲਵਾਰ ਚੁੱਕ ਲਈ ਸੀ ਤੁਸੀਂ ਤੇ ਬੰਦੇ ਹੋ ਤੁਹਾਨੂੰ ਕੀ ਹੋ ਗਿਆ ਉੱਠ ਕੇ ਖੜੇ ਹੋ ਜਾਓ ਔਰੰਗਜ਼ੇਬ ਦੇ ਸਾਹਮਣੇ ਸਿਰਫ ਇਹਦਾ ਤਾਤਪਰ ਜਾਂਚ ਇੱਕ ਇਸਤਰੀ ਨੇ ਮੁਕਾਬਲਾ ਕੀਤਾ ਹੁਣ ਸਾਡੇ ਵਿਦਵਾਨਾਂ ਨੇ ਉਹ ਕਿੱਧਰ ਠੋਕ ਦਿੱਤਾ ਹੈ ਅਸੀਂ ਨਹੀਂ ਸਮਝਦੇ ਵੀ ਕਿੱਥੋਂ ਆਈ ਹੈ ਵਿਦਿਆ ਪਤਨ ਕਿਹੜੇ ਸਕੂਲ ਵਿੱਚੋਂ ਪੜ੍ਹੀ ਪਰ ਇਹਦਾ ਭਾਵ ਸਿਰਫ ਇੰਨਾ ਸੀ ਉਹਦੇ ਵਿੱਚ ਇਹ ਕਿਹਾ ਗਿਆ ਇੱਛਾ ਜਦੋਂ ਇਹ
ਕਹਿੰਦੇ ਵੀ ਜਦੋਂ ਜਿਹੜੀ ਉਹ ਦੁਰਗਾ ਨਾ ਉਹ ਇੱਕ ਦੈਂਤ ਦਾ ਸਿਰ ਕੱਟਦੀ ਏ ਤੇ ਉਹਦੇ ਲਹੂ ਦੇ ਕਤਰਿਆਂ ਵਿੱਚੋਂ ਹੋਰ ਦੈਂਤ ਨਿਕਲਦੇ ਇਹ ਕਹਾਣੀ ਪਰ ਚੱਲਦੀ ਉਹਨੇ ਫਿਰ ਆਪਣੇ ਵਿੱਚੋਂ ਇੱਕ ਹੋਰ ਦੇਹ ਪੈਦਾ ਕੀਤੀ ਤੇ ਉਹਨੂੰ ਕਿਹਾ ਵੀ ਨਾਲ ਨਾਲ ਇਹਨਾਂ ਦਾ ਖੂਨ ਪੀ ਕਿਉਂਕਿ ਇਹਨਾਂ ਦਾ ਜਿੱਥੇ ਖੂਨ ਡਿੱਗਦਾ ਉੱਥੋਂ ਇੱਕ ਹੋਰ ਦੈਂਤ ਪੈਦਾ ਹੋਇਆ ਇਹ ਵੀ ਇਸ਼ਾਰਾ ਸੀ ਕਿ ਇੱਛਾ ਇੱਕ ਦੈਂਤ ਏ ਆਸਾ ਇੱਕ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰੋ ਦਸ ਪੈਦਾ ਹੋ ਜਾਣਗੀਆਂ ਦਸ ਪੂਰੀਆਂ ਕਰੋ ਸੌ ਪੈਦਾ ਹੋ ਜਾਣਗੀਆਂ ਸੌ ਪੈਦਾ ਪੂਰੀਆਂ ਕਰੋ ਹਜ਼ਾਰ ਪੈਦਾ ਅੱਗੇ ਦੀ ਅੱਗੇ ਸਹਿਸ ਕੱਟੇ ਲੱਗ ਕੋ ਉੱਠਦਾ ਹੈ ਤ੍ਰਿਪਤ ਨਾ ਆਵੇ ਮਾਇਆ ਪਛ ਇਹ ਇਹਨਾਂ ਬਾਣੀਆਂ ਦੇ ਵਿੱਚ ਸਿਰਫ ਬੰਦੇ ਦੀਆਂ ਬਿਰਤੀਆਂ ਨੂੰ ਨਾਮ ਦਿੱਤੇ ਗਏ ਸਨ ਕੋਈ ਜ਼ਰੂਰੀ ਨਹੀਂ ਉੱਥੇ ਦੈਤ ਸਨ ਕਿ ਦੇਵਤੇ ਸਨ ਕਿ ਕੌਣ ਸੀ ਆਦਮੀ ਦੀਆਂ ਬਿਰਤੀਆਂ ਦਾ ਵਰਣਨ ਕੀਤਾ ਗਿਆ ਪਾਤਰ ਬਣਾ ਕੇ ਲੋਕਾਂ ਨੂੰ ਸਮਝਾਇਆ ਗਿਆ ਫਿਰ ਮੈਂ ਇਸ ਪਾਸੇ ਬਹੁਤਾ ਨਹੀਂ ਜਾਣਾ ਬੇਨਤੀ ਕਰ ਰਿਹਾ ਸੀ ਵੀ ਜਿਸ ਪਾਸੇ ਵਾਹਿਗੁਰੂ ਦੀ ਬਖਸ਼ਿਸ਼ ਮਿਲ ਰਹੀ ਹੈ ਸਿੱਖ ਨੂੰ ਉਸ ਰਾਹ ਦੇ ਉੱਤੇ ਬੰਦ ਹੋਇਆ ਪਿਆ ਦਰਵਾਜ਼ਾ ਆਸਾ ਅੰਦੇਸ਼ਾ ਦੋਏ ਪੱਟ ਜਿਹੜੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਖਾ ਜਿਸ ਰਾਹ ਤੋਂ ਤੇਰੇ ਗੁਰੂ ਨੇ ਤੇਰੇ ਤੇ ਕਿਰਪਾ ਕਰਨੀ ਹੈ ਉਹ ਦਰਵਾਜ਼ਾ ਦੋ ਚੀਜ਼ਾਂ ਨਾਲ ਬੰਦ ਹੋਇਆ ਪਿਆ ਇੱਕ ਤੇ ਜਿਹੜਾ ਤੂੰ ਗੁਰੂ ਨੇ ਕਿਹਾ ਹੈ ਕਿਹਾ ਕਰਨਾ ਜੋ ਕੁਝ ਤੂੰ ਕਰਨਾ ਹੈ ਉਹਦੇ ਤਬਾਦਲੇ ਦੇ ਵਿੱਚ ਜੇ ਤੂੰ 1% ਕਰਨਾ ਤੇ 5% ਮੰਗਣਾ ਆਸਾ ਬੜੀ ਦੇ ਵਿੱਚ ਸੇਵਾ ਥੋੜੀ ਮੰਗਣ ਬਹੁਤਾ ਆਸਾ ਬੜੀ ਏ ਤੇ ਇੱਕ ਹੋਰ ਤੇਰੇ ਵਿੱਚ ਨੁਕਸੇ ਨੂੰ ਕਹਿੰਦੇ ਅੰਦੇਸ਼ਾ ਅੰਦੇਸ਼ੇ ਦਾ ਮਤਲਬ ਹੁੰਦਾ ਸ਼ੱਕ ਇੱਕ ਪਾਸੇ ਤੈਨੂੰ ਆਸਾ ਬੜੀ ਵੀ ਮੈਂ ਇਹ ਕੀਤਾ ਮਿਲਣਾ ਚਾਹੀਦਾ ਹੈ ਮੈਂ ਇਹ ਕੀਤਾ ਮਿਲਣਾ ਚਾਹੀਦਾ ਹੈ ਤੇ ਦੂਜੇ ਪਾਸੇ ਤੇਰੇ ਅੰਦਰ ਸ਼ੱਕ ਵੀ ਹੈ ਵੀ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਮਿਲਣਾ ਇਹ ਦੋ ਚੀਜ਼ਾਂ ਤੇਰੇ ਅੱਗੇ ਖੜੀਆਂ ਨੇ ਜਿੱਥੋਂ ਤੈਨੂੰ ਬਖਸ਼ਿਸ਼ ਮਿਲੂ ਸ਼ੱਕ ਦੇ ਛੇਕ ਨੇ ਕਲਗੀਧਰ ਪਾਤਸ਼ਾਹ ਨੇ ਇਹ ਕਿਹਾ ਸੀ ਜਦੋਂ ਹਜ਼ੂਰ ਜਾ ਰਹੇ ਸਨ ਰਾਏਕੋਟ ਦੇ ਕੋਲ ਪਹੁੰਚੇ ਚਮਕੌਰ ਸਾਹਿਬ ਛੱਡ ਕੇ ਆਲਮਗੀਰ ਤੋਂ ਅੱਗੇ ਨਿਕਲੇ ਤੇ ਅੱਗੇ ਜਾ ਕੇ ਉੱਥੇ ਇੱਕ ਮੱਝਾਂ ਲੈ ਕੇ ਗਾਵਾਂ ਲੈ ਕੇ ਆ ਰਿਹਾ ਸੀ ਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਮੈਨੂੰ ਦੁੱਧ ਪਿਆ ਸਾਨੂੰ ਭੁੱਖ ਲੱਗੀ ਮੈਂ ਇਹਨੂੰ ਬਹੁਤ ਹੀ ਲੰਬੀ ਵੀ ਕਰਾਂਗਾ ਸਮੇਂ ਅਨੁਸਾਰ ਉਹਨੇ ਕਹਿ ਦਿੱਤਾ ਮਹਾਰਾਜ ਮੇਰੀਆਂ ਮੱਝਾਂ ਦੁੱਧ ਨਹੀਂ ਦਿੰਦੀਆਂ ਮੈਂ ਦੁੱਧ ਤਾਂ ਪਿਆਉਣਾ ਚਾਹੁੰਦਾ ਤਾਂ ਸਤਿਗੁਰੂ ਤੁਰਟ ਪਏ ਰਹਿਮਤ ਦੇ ਘਰ ਵਿੱਚ ਆ ਗਏ ਕਹਿਣ ਲੱਗੇ ਇਸ ਮੱਝ ਦੇ ਥੱਲੇ ਬੈਠ ਜਾ ਕਰਤਾਰ ਦਾ ਨਾਮ ਲੈ ਕੇ ਜਿਹੜਾ ਸਾਰੇ ਸੰਸਾਰ ਨੂੰ ਰੀਕ ਦਿੰਦਾ ਹੈ ਉਹ ਦੁੱਧ ਦਏਗਾ ਜਦੋਂ ਇਹ ਕਿਹਾ ਇਸ ਬੰਦੇ ਨੇ ਭਰੋਸਾ ਕਰ ਲਿਆ ਵਿਸ਼ਵਾਸ ਕਰ ਲਿਆ ਗੁਰੂ ਨੇ ਕਿਹਾ ਸੀ ਕਰ ਦਿੱਤਾ ਬਸ 100% ਬੈਠ ਗਿਆ ਕਹਿੰਦੇ ਭਰੋਸਾ ਰੱਖ ਕੇ ਬੋਲੇ ਦੇ ਥੱਲੇ ਹੁਣ ਦੁੱਧ ਤੇ ਉਹਦੇ ਥੱਲੇ ਹੈ ਨਹੀਂ ਸੀ ਉਹ ਪੰਜਾਬੀ ਵਿੱਚ ਕਹਿੰਦੇ ਭੱਜੀ ਹੋਈ ਮੱਝ ਭਾਵ ਦੁੱਧ ਨਹੀਂ ਦਿੰਦੇ ਜਦੋਂ ਉਹਦੇ ਥੱਲੇ ਬੈਠਾ ਕਹਿੰਦੇ ਹੱਥ ਪਾਇਆ ਦੇ ਥਣਾਂ ਨੂੰ ਤੇ ਕਰਤਾਰ ਦਾ ਨਾਮ ਲੈ ਆਪੇ ਦੁੱਧ ਦਏਗਾ ਜਦੋਂ ਦੁੱਧ ਸਾਹਮਣੇ ਵੇਖਿਆ ਨਾ ਉਹਨੇ ਵੇਖਿਆ ਵੀ ਹੈ ਤੇ ਸਹੀ ਕੋਈ ਗੱਲ ਥਣਾਂ ਵਿੱਚ ਦੁੱਧ ਆ ਗਿਆ ਜਦੋਂ ਉਸ ਥਾਂ ਤੇ ਦੁੱਧ ਆ ਗਿਆ ਗੁਰੂ ਕੇ ਸਵਾਰਿਓ ਸਤਿਗੁਰੂ ਨੇ ਹੋਰ ਕਸਵੱਟੀ ਲਾ ਦਿੱਤੀ ਭਾਂਡਾ ਦਿੱਤਾ ਜਿਸ ਭਾਂਡੇ ਦੇ ਵਿੱਚ ਛੇਕ ਸਨ ਸੁਰਾਖ ਹੁਣ ਇਹ ਵਿਸ਼ਵਾਸ ਕਰਨਾ ਹੋਰ ਔਖਾ ਦੁੱਧ ਤੇ ਆ ਗਿਆ ਪਰ ਹੁਣ ਤੁਸੀਂ ਭਾਂਡਾ ਤੇ ਸਾਬਤ ਦਿਓ ਕਿਉਂਕਿ ਉਸ ਭਾਂਡੇ ਦੇ ਵਿੱਚ ਸੁਰਾਖ ਸਨ ਮੋਰੀਆਂ ਸਨ ਇਹਦੇ ਵਿੱਚ ਜੇ ਮੈਂ ਜੋ ਵੀ ਦਿਆਂਗਾ ਤੇ ਡੁੱਲ ਜਾਏਗਾ ਦੁੱਧ ਸਤਿਗੁਰੂ ਨੇ ਕਿਹਾ ਇਹ ਵੀ ਕਰਤਾਰ ਨੂੰ ਯਾਦ ਕਰਕੇ ਇਹਦੇ ਵਿੱਚ ਦੁੱਧ ਚੋ ਜੇ ਤੇ ਭਰੋਸੇ ਨਾਲ ਚੋਏਗਾ ਤੇ ਦੁੱਧ ਖਲੋ ਜਾਏਗਾ ਉਹਨੂੰ ਗੰਗਾ ਸਾਗਰ ਕਹਿੰਦੇ ਜੇ ਭਰੋਸਾ ਨਾ ਕਰੇਗਾ ਫਿਰ ਨਹੀਂ ਕਹਿੰਦੇ ਸੱਜਣਾ ਇਹ ਭਾਂਡਾ ਨਹੀਂ ਇਹ ਬੰਦੇ ਦਾ ਮਨ ਹੈ ਜਿੰਨੇ ਸ਼ੰਕੇ ਹੁੰਦੇ ਨੇ ਓਨਾ ਹੀ ਸੁਰਾਖ ਹੁੰਦੇ ਨੇ ਮਨ ਵਿੱਚ ਦੁੱਧ ਰੋਜ਼ ਆਉਂਦਾ ਹੈ ਰੋਜ਼ ਨਿਕਲ ਜਾਂਦਾ ਹੈ ਜਪਜੀ ਸਾਹਿਬ ਸਿੱਖ ਰੋਜ਼ ਪੜ੍ਹਦਾ ਰੋਜ਼ ਨਿਕਲ ਜਾਂਦਾ ਇੱਕ ਦਿਨ ਵੀ ਖਲੋ ਗਿਆ ਤੇ ਦੂਜੇ ਦਿਨ ਬੰਦੇ ਦਾ ਜੀਵਨ ਤਬਦੀਲ ਹੋ ਜਾਂਦਾ ਸ਼ੰਕਾ ਜਿਹੜਾ ਨਾ ਅੰਦੇਸ਼ਾ ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਕੁਝ ਹੈ ਕਿ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕੋਲ ਕੁਝ ਹੈ ਕਿ ਨਹੀਂ ਹੈ
ਤੁਸੀਂ ਦੂਰ ਨਾ ਜਾਓ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਵਾਰੀਖ ਸਿੱਖੀ ਦੀ ਉਹਨੂੰ ਪੜ੍ਹ ਲਓ। ਅੱਜ ਬੜੇ ਧਰਮ ਨੇ ਜਿਹੜੇ ਉਪਦੇਸ਼ ਦਿੰਦੇ ਨੇ ਅਹਿੰਸਾ ਅਹਿੰਸਾ, ਸ਼ਾਂਤੀ ਸ਼ਾਂਤੀ, ਕੰਨਾਂ ਵਿੱਚ ਮੰਤਰ ਕਰੋ, ਇਹ ਕਰੋ, ਉਹ ਕਰੋ, ਕੱਲਾ ਅਧਿਆਤਮਵਾਦ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਹ ਲੋਕ ਸਨ ਜਿਨ੍ਹਾਂ ਨੇ ਪਹਿਲਾਂ ਹਿੰਦੁਸਤਾਨ ਨੂੰ ਗੁਲਾਮ ਕੀਤਾ ਸੀ ਪਠਾਣਾ ਦੇ, ਉਹਨਾਂ ਨੇ ਇਹ ਉਪਦੇਸ਼ ਦਿੱਤਾ ਸੀ ਸ਼ਸਤਰ ਦੀ ਲੋੜ ਨਹੀਂ, ਤਲਵਾਰ ਦੀ ਲੋੜ ਨਹੀਂ। ਅੱਜ ਦੇ ਤਲਵਾਰ ਵਾਲਿਆਂ ਨੂੰ ਸਮਝਦੇ ਅਨਪੜ੍ਹ ਬੰਦੇ ਨੇ, ਸ਼ਸਤਰ ਦੀ ਗੱਲ ਕਰਦੇ। ਗੁਰੂ ਗੋਬਿੰਦ ਸਿੰਘ ਨੂੰ ਗੁਰੂ ਨਹੀਂ ਮੰਨਦੇ ਬਹੁਤੇ ਲੋਕ, ਕਿਉਂ ਕਹਿੰਦੇ ਉਹਨਾਂ ਕੋਲ ਤਲਵਾਰ ਹੈ। ਪਰ ਤੁਹਾਨੂੰ ਪਤਾ ਹੋਵੇ ਕਿ ਇਹ ਇੰਨੇ ਸੌ ਸਾਲਾਂ ਦੀ ਜਿਹੜੀ ਹਜ਼ਾਰ ਸਾਲ ਦੀ ਗੁਲਾਮੀ ਸੀ ਹਿੰਦੁਸਤਾਨ ਦੀ, ਕਿੰਨੇ ਤੋੜੀ, ਅਹਿਮਦ ਸ਼ਾਹ ਅਬਦਾਲੀ ਦਾ ਮੂੰਹ ਕਿੰਨੇ ਮੋੜਿਆ ਜਿਹੜਾ ਅਫਗਾਨਿਸਤਾਨ ਤੋਂ ਚੜ੍ਹ ਕੇ ਆਉਂਦਾ ਸੀ, ਉਹਨਾਂ ਨੇ ਵੀ ਮੋੜਿਆ ਜਿੰਨਾ ਅਹਿੰਸਾ ਕਿਹਾ ਸੀ। ਮਹਾਤਮਾ ਬੁੱਧ ਨੇ ਉਪਦੇਸ਼ ਦਿੱਤਾ ਸੀ ਸ਼ਸਤਰ ਨਹੀਂ ਰੱਖਣਾ, ਸ਼ਾਂਤੀ ਰੱਖੋ। ਜੋ ਕੋਈ ਬੁੱਧ ਨੇ ਕਿਹਾ ਸੀ ਉਹ ਹੀ ਅੱਗੋਂ ਸਾਰਾ ਪ੍ਰਚਲਿਤ ਹੋ ਗਿਆ ਹਿੰਦੁਸਤਾਨ ਦੇ ਵਿੱਚ। ਉਹਨੇ ਆ ਜਿਹੜਾ ਮੰਤਰਵਾਦ ਸੀ ਸਾਰਾ ਬੁੱਧ ਤੋਂ ਆਇਆ, ਯੋਗੀਆਂ ਤੋਂ ਆਇਆ। ਤੇ ਫਿਰ ਪੰਡਤਾਂ ਨੇ ਵੀ ਕਿਹਾ ਵੀ ਮੰਤਰ ਪੜ੍ਹਦੇ ਨੇ ਬਸ, ਇਹਨਾਂ ਵਿੱਚ ਲੋਕਾਂ ਨੂੰ ਵਸਾਉਣਾ, ਕੋਈ ਲੋੜ ਨਹੀਂ ਸ਼ਸਤਰ ਦੀ, ਕੋਈ ਲੋੜ ਨਹੀਂ ਆਪਣੇ ਜੀਵਨ ਨੂੰ ਉੱਚਾ ਕਰਨ ਦੀ। ਗੁਲਾਮ ਕਰ ਦਿੱਤਾ ਉਸ ਸਿਸਟਮ ਨੇ ਜਿਹਨੂੰ ਅਸੀਂ ਅੱਜ ਵੀ ਮੰਨ ਰਹੇ, ਜਿਹੜਾ ਦਸ ਪਾਤਸ਼ਾਹਾਂ ਦਾ ਸਿਸਟਮ ਸੀ ਉਹ ਸੰਵਿਧਾਨ ਸੀ। ਗੁਰੂ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਬੰਦੇ ਦੀਆਂ ਬਾਹਾਂ ਦਾ ਬਲ ਹੈ ਤੇ ਜਿਹੜੀ ਰੱਬ ਦੀ ਕਿਰਪਾ ਹੈ, ਜਿੱਥੇ ਦੋ ਚੀਜ਼ਾਂ ਦਾ ਸੁਮੇਲ ਹੁੰਦਾ ਉੱਥੇ ਅੰਦਰੋਂ ਵੀ ਆਜ਼ਾਦੀ ਹੁੰਦੀ ਤੇ ਉੱਥੇ ਬਾਹਰੋਂ ਵੀ ਆਜ਼ਾਦੀ ਹੁੰਦੀ। ਇਸ ਕਰਕੇ ਇਕੱਲਾ ਅਧਿਆਤਮਵਾਦ, ਇਕੱਲੀ ਮਾਲਾ ਮਨੁੱਖਤਾ ਨੂੰ ਗੁਲਾਮ ਕਰਦੀ, ਦੇਸ਼ਾਂ ਨੂੰ ਗੁਲਾਮ ਕਰਦੀ। ਹਿੰਦੁਸਤਾਨ ਗੁਲਾਮ ਹੋਇਆ ਇਸ ਕਰਕੇ ਨਹੀਂ ਗੁਲਾਮ ਹੋਇਆ ਕਿ ਉਹ ਕਮਜ਼ੋਰ ਸੀ, ਹਿੰਦੁਸਤਾਨ ਤਾਂ ਗੁਲਾਮ ਹੋਇਆ ਸੀ ਕਿਉਂਕਿ ਇੱਥੇ ਇਕੱਲੇ ਅਧਿਆਤਮਵਾਦ ਦਾ ਉਪਦੇਸ਼ ਸੀ। ਇੱਥੇ ਸ਼ਸਤਰ ਨੂੰ ਤਲਵਾਰ ਨੂੰ ਪਾਸੇ ਕਰ ਦਿੱਤਾ ਗਿਆ ਸੀ। ਸਤਿਗੁਰੂ ਨੇ ਕਿਹਾ ਨਹੀਂ, ਜੋ ਹੱਥਾਂ ਨਾਲ ਹੋਣਾ ਉਹ ਹੱਥਾਂ ਨਾਲ ਹੀ ਹੋਣਾ। ਹਾਂ, ਰੱਬ ਦਾ ਹੱਥ ਸਿਰ ਤੇ ਹੋਣਾ ਚਾਹੀਦਾ, ਉਹਦਾ ਸਿਮਰਨ ਕਰ, ਉਹਨੂੰ ਯਾਦ ਕਰ। ਇਸ ਤਰੀਕੇ ਦੇ ਨਾਲ ਇੱਕ ਸਿੱਧਾ ਰਸਤਾ ਸਾਨੂੰ ਦਿੱਤਾ, ਸਾਫ਼ ਸੁਥਰਾ। ਉਸ ਗੁਰਮੁਖ ਦਾ ਜੀਵਨ ਕਿਵੇਂ ਦਾ ਹੈ ਇਹਨਾਂ ਤਿੰਨ ਪੌੜੀਆਂ ਦੇ ਵਿੱਚ ਆਪ ਜੀ ਭਾਈ ਗੁਰਦਾਸ ਜੀ ਦੁਆਰਾ ਸਰਵਣ ਕਰੋ ਵੀ ਕਿਵੇਂ ਜਿਉਂਦਾ ਹੈ। ਪਹਿਲਾਂ ਤੇ ਇਸ ਅੱਠਵੀਂ ਪੌੜੀ ਵਿੱਚ ਜਿੱਥੇ ਨਿਸ਼ੇਧ ਕਰਨ ਸਿੱਖ ਨੇ ਨਹੀਂ ਕਰਨੇ, ਉਹਨਾਂ ਦਾ ਅੱਜ ਵਰਣਨ ਕੀਤਾ। ਕੱਲ ਆਪਾਂ ਇਹਦੇ ਤੇ ਵਿਚਾਰ ਕੀਤੀ ਸੀ ਕਿ ਸਿੱਖ ਨੇ ਕਰਨਾ ਕੀ ਹੈ, ਕਿਹੜੇ ਕਰਮ ਕਰਨੇ, ਉਹ ਦੱਸੇ ਗਏ ਸਨ। ਤੇ ਅੱਜ ਭਾਈ ਗੁਰਦਾਸ ਜੀ ਕਹਿ ਰਹੇ ਜਿਹੜੇ ਨਿਸ਼ੇਧ ਨੇ, ਜਿਹੜੇ ਗੁਰਸਿੱਖ ਨੇ ਨਹੀਂ ਕਰਨੇ, ਉਹ ਕਿਹੜੇ ਕਰਮ ਨੇ? ਉਹ ਭਾਈ ਗੁਰਦਾਸ ਕਹਿੰਦੇ, ਸੱਜਾ ਖੱਬਾ ਸੌਣ ਨਾ ਮਨ ਵਸਾਇਆ। ਸੌਣ ਦਾ ਅਰਥ ਦਾ ਸ਼ਗਨ, ਸਿੱਖ ਖੱਬੇ ਸੱਜੇ ਦੇ ਸ਼ਗਨਾਂ ਸ਼ਗਨਾਂ ਦੇ ਉੱਤੇ ਭਰੋਸਾ ਨਾ ਕਰੇ, ਨਾ ਮਨ ਵਸਾਇਆ। ਜੇ ਇਹਨਾਂ ਤੋਂ ਬਚਣਾ ਤੇ ਮਨ ਵਿੱਚ ਨਾ ਲਿਆਏ, ਨਾਲ ਦੱਸ ਵੀ ਦਿੱਤਾ ਜੇ ਮਨ ਵਿੱਚ ਵਹਿਮ ਕਰ ਲਏਗਾ ਫਿਰ ਤੇ ਆਪ ਹੀ ਵਰਤ ਜਾਣਾ। ਸਿੱਖ ਕਿਸੇ ਸ਼ਗਨ ਸ਼ਗਨ ਅੱਜ ਕਿਹੜਾ ਵਾਰ ਹੈ, ਅੱਜ ਆਹ ਨਹੀਂ ਕਰਨਾ ਜੀ, ਅੱਜ ਕੱਪੜੇ ਨਹੀਂ ਧੋਣੇ ਜੀ, ਅੱਜ ਸਿਰ ਨਹੀਂ ਧੋਣਾ, ਅੱਜ ਇਸ ਪਾਸੇ ਨੂੰ ਮੂੰਹ ਕਰਕੇ ਨਹੀਂ ਤੁਰਨਾ, ਅੱਜ ਪੁਰਾਣੀ ਚੀਜ਼ ਇਸ ਰੰਗ ਦਾ ਕੱਪੜਾ ਨਹੀਂ ਪਾਉਣਾ। ਇਹ ਗੁਲਾਮ ਕਰ ਦਿੱਤਾ ਬ੍ਰਾਹਮਣਾਂ ਨੇ ਸਾਰੇ ਸਮਾਜ, ਤੇ ਅੱਜ ਸਾਡੇ ਵਿੱਚ ਵੀ ਬਹੁਤ ਗੁਲਾਮ। ਇਹ ਗੁਲਾਮੀ ਨਾਲੋਂ ਹੋਰ ਘੱਟ ਕੀ ਵੀ ਸਿੱਖ ਵਿਆਹ ਤਾਂ ਆਨੰਦ ਕਾਰਜ ਤੇ ਕਰਾਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਪਰ ਉਹਦਾ ਦਿਨ ਕਢਾ ਕੇ ਲਿਆਉਂਦਾ ਜੋਤਸ਼ੀ ਕੋਲ ਵੀ ਕਿਹੜੇ ਦਿਨ ਵਿਆਹ ਕਰਾਉਂਦਾ। ਆ ਤੁਸੀਂ ਪੰਜਾਬ ਵਿੱਚ ਵੇਖੋਗੇ ਇੱਕ ਇੱਕ ਦਿਨ ਨਾ ਗੱਡੀਆਂ ਲੱਭਦੀਆਂ ਨੇ ਬਰਾਤ ਜਾਣ ਵਾਲੀਆਂ, ਨਾ ਪੈਲਸ ਲੱਭਦੇ ਨੇ ਜਿੱਥੇ ਵਿਆਹ ਕਰਨਾ, ਤੇ ਗ੍ਰੰਥੀ ਸਿੰਘ ਵਿਚਾਰੇ ਭੱਜੇ ਫਿਰਦੇ ਤਿੰਨ ਤਿੰਨ ਆਨੰਦ ਕਾਰਜ ਇੱਕੋ ਦਿਨ ਇੱਕੋ ਦਿਨ। ਮੈਂ ਬਹੁਤ ਵਾਰੀ ਵੇਖਿਆ ਵੀ ਗ੍ਰੰਥੀ ਸਿੰਘ ਵਿਚਾਰੇ ਸਾਰੇ ਸੌ ਸਾਈ ਹੋਏ ਫਿਰਦੇ ਨੇ, ਗੱਲ ਕੀ ਬਣੀ? ਮੈਂ ਕਿਹਾ ਵੀ ਕਿਵੇਂ ਇੱਕ ਦਿਨ ਬਹੁਤ, ਅੱਗੇ ਪਿੱਛੇ ਤੁਸੀਂ ਫ੍ਰੀ ਹੁੰਦੇ? ਕਹਿੰਦੇ ਜੀ ਜਿਸ ਦਿਨ ਪੰਡਿਤ ਕਹਿੰਦਾ ਸਾਰੇ ਇਕੱਠੇ ਰੱਖ ਲੈਂਦੇ, ਬਾਕੀ ਦਿਨ ਖਾਲੀ ਪਏ ਹੋਏ। ਹੱਦ ਹੋ ਗਈ। ਉਹ ਧਰਤੀ ਜਿਹਨੇ ਕਈ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋੜ ਦਿੱਤੀ ਹਿੰਮਤ ਕਰਕੇ, ਅੱਜ ਉਸ ਧਰਤੀ ਦੇ ਲੋਕ ਇੰਨੇ ਗੁਲਾਮ ਹੋ ਗਏ। ਫਿਰ ਆਉਣਾ ਗੁਰੂ ਗ੍ਰੰਥ ਸਾਹਿਬ ਕੋਲ। ਸਿੱਖੀ ਦਾ ਇਹ ਤਰੀਕਾ ਹੈ ਵੀ ਜਿਹੜਾ ਵੀ ਦਿਨ ਰੱਖਣਾ ਹੈ ਉਹਦਾ ਇੱਕ ਤਰੀਕਾ ਹੈ ਵੀ ਪਹਿਲਾਂ ਆ ਕੇ ਗੁਰੂ ਘਰ ਦੇ ਵਿੱਚ
ਦੇਖ ਕਰਾ ਕੇ ਅਰਦਾਸ ਕੀਤੀ ਜਾਏ ਵੀ ਸਤਿਗੁਰੂ ਆਹ ਦਿਨ ਰੱਖਿਆ ਗਿਆ ਤੇ ਆਪ ਦੀ ਆਸ਼ੀਰਵਾਦ ਦਿਓ, ਹੁਕਮਨਾਮਾ ਦਿਓ। ਸਿੱਖ ਹੁਕਮਨਾਮਾ ਸੁਣ ਉਹ ਸੁਣੇ ਤੇ ਉਹ ਹੁਕਮਨਾਮਾ ਜਿਹੜਾ ਗ੍ਰੰਥੀ ਸਿੰਘ ਨੂੰ ਕਵੇ ਕਿ ਮੈਨੂੰ ਪ੍ਰਿੰਟ ਕੱਢ ਦਿਓ, ਮੈਨੂੰ ਲਿਖ ਕੇ ਦੇ ਦਿਓ। ਉਹਨੇ ਦਿਨ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਉਹ ਸ਼ਬਦ ਘਰ ਵਿੱਚ ਪਿਆਰ ਨਾਲ ਪੜ੍ਹੇ ਬਹਿ ਕੇ ਦੋ ਚਾਰ ਵਾਰੀ ਜਿੰਨਾ ਪੜ੍ਹਿਆ ਜਾਏ ਤੇ ਆਨੰਦ ਕਾਰਜ ਕਰੇ, ਕਿਸੇ ਨੂੰ ਪੁੱਛਣ ਦੀ ਕੀ ਲੋੜ ਹੈ। ਮਹਾਦਿਵ ਸੁਰਤ ਭਲੇ ਜਿਸ ਕੋ ਨਜ਼ਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਹਾਂ ਇਹ ਤਾਂ ਸਿੱਧਾ ਕੰਮ ਹੋਵੇਗਾ ਜੇ ਮਨ ਵਿੱਚੋਂ ਵਹਿਮ ਕੱਢਾਂਗੇ, ਜੇ ਇੱਧਰ ਅਰਦਾਸ ਕਰਕੇ ਗਏ ਤੇ ਰਾਹ ਵਿੱਚ ਕੋਈ ਹੋਰ ਮਿਲ ਪਿਆ, ਜੇ ਵੇਖਿਆ ਜੇ ਵਿਆਹ ਨਹੀਂ ਤੁਹਾਡਾ ਰਾਸ ਹੋਣਾ ਸਾਰੀ ਉਮਰ, ਉਹਨੂੰ ਪੁੱਛੋ ਵੀ ਤੇਰਾ ਆਇਆ ਰਾਸ, ਤੂੰ ਆਪਣੀ ਜ਼ਿੰਦਗੀ ਦੱਸ ਤੇਰੀ ਕਿਵੇਂ ਰਾਸ ਆਇਆ, ਕਿਦਾਂ ਕੋਈ ਬੰਦਾ ਦੱਸੇ ਕਿਦਾਂ ਰਾਸ ਹੈ। ਜਿਹੜਾ ਬੰਦਾ ਕਹਿੰਦਾ ਵੀ ਰਾਸ ਨਹੀਂ ਹੋਣਾ, ਉਹਦੀ ਘਰ ਵਾਲੀ ਨੂੰ ਜਾ ਕੇ ਪੁੱਛੋ ਵੀ ਤੁਹਾਡਾ ਰਾਸ ਹੈ ਆਪਸ ਵਿੱਚ, ਉਹ ਦੱਸੇਗੀ। ਇਹ ਜੀਵਨ ਹੈ, ਇਹਦੇ ਵਿੱਚ ਇਸੇ ਤਰ੍ਹਾਂ ਕੁਝ ਨਾ ਕੁਝ ਛੋਟਾ ਮੋਟਾ ਇੱਧਰ ਉੱਧਰ ਹੁੰਦਾ ਰਹਿੰਦਾ, ਤੇ ਜੇ ਜਿਹੜੇ ਠੱਗ ਨੇ ਉਹਨਾਂ ਨੂੰ ਫਾਇਦਾ ਹੋ ਜਾਂਦਾ। ਪਹਿਲਾਂ ਹੀ ਆਉਂਦਾ ਕਹਿਣਗੇ ਵੀ ਤੁਹਾਡੀ ਆਪਸ ਵਿੱਚ ਨਹੀਂ ਬਣਦੀ, ਉਹਨੂੰ ਪੁੱਛੋ ਵੀ ਤੁਹਾਡੀ ਬਣਦੀ ਕਿੱਥੇ, ਤੂੰ ਰਿਹਾ। ਉਹਨੂੰ ਪਤਾ ਵੀ ਇਹ ਤੇ ਚੱਲਦੇ ਹੀ, 100 ਵਿੱਚੋਂ 90 ਬੰਦਿਆਂ ਵਿੱਚ ਹੋਏ ਨੇ, ਕਿਉਂਕਿ ਜਿੱਥੇ ਦੋ ਜੀ ਇਕੱਠੇ ਰਹਿੰਦੇ ਕੁਝ ਨਾ ਕੁਝ ਤਾਂ ਹੋਣੀ ਨਾ ਗੱਲ, ਘੱਟ ਵੱਧ ਹੋਏਗੀ। ਉਹਨਾਂ ਨੂੰ ਪਤਾ ਇਸ ਮਨੋਵਿਗਿਆਨ ਦਾ, ਉਹਨਾਂ ਗੱਲ ਹੀ ਉਦੋਂ ਸ਼ੁਰੂ ਕਰਨੀ ਹੈ। ਉਹ ਕਹਿੰਦੇ ਵੇਖੋ ਜੀ ਸਾਡੀ ਗੱਲ ਬੁੱਝ ਲਈ ਹੁੰਦੀ ਆ। ਭਾਈ ਸਾਹਿਬ ਕਹਿੰਦੇ ਵੀ ਸਿੱਖ ਨੇ ਇਹਨਾਂ ਗੱਲਾਂ ਤੇ ਭਰੋਸਾ ਨਹੀਂ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਦੀ ਸੇਵਾ ਕਰਨੀ ਹੈ, ਗੁਰਸਿੱਖਾਂ ਦੀ ਇੱਥੇ ਆ ਕੇ ਗੁਰੂ ਘਰ ਦੇ ਵਿੱਚ ਪਿਆਰ ਕਰਨਾ ਹੈ, ਗੁਰਸਿੱਖਾਂ ਨੂੰ ਅਰਦਾਸ ਕਰਾਉਣੀ ਹੈ, ਦੇਵ ਕਰਾਉਣੀ ਹੈ, ਸਾਰੇ ਕੰਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਰਦੇ। ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ, ਜਦੋਂ ਉਹਨਾਂ ਨੂੰ ਬਹੁਤੇ ਸਿੱਖਾਂ ਨੇ, ਕਈਆਂ ਲੋਕਾਂ ਨੇ ਜਿੱਥੇ ਜਾਂਦੇ ਸੀ, ਹੁਣ ਪੁਰਾਣੀਆਂ ਰਵਾਇਤਾਂ ਸਨ, ਕੋਈ ਤੀਰਥ ਤੇ ਜਾਂਦਾ ਸੀ, ਕੋਈ ਦੇਵ ਦੇਵਤਿਆਂ ਦੀ ਪੂਜਾ ਕਰਦਾ ਸੀ, ਸਾਧ ਸੰਗਤ ਜੀ ਉਸ ਥਾਂ ਤੇ ਗੁਰੂ ਸਾਹਿਬ ਨੂੰ ਉਹਨਾਂ ਬੇਨਤੀ ਕੀਤੀ ਵੀ ਆਪ ਦੀ ਅਸੀਂ ਪਹਿਲਾਂ ਇਹਨਾਂ ਚੀਜ਼ਾਂ ਦੀ ਮਨੌਤ ਕਰਦੇ ਸੀ ਵੀ ਸਾਡਾ ਕੋਈ ਕੰਮ ਪੈ ਗਿਆ ਤੇ ਅਸੀਂ ਕਿਤੇ ਨਾ ਕਿਤੇ ਜਾ ਕੇ ਪ੍ਰਸ਼ਾਦ ਚੜ੍ਹਾ ਕੇ ਆਉਣਾ ਕਿਤੇ ਕੁਝ, ਤੇ ਹੁਣ ਕੀ ਕਰੀਏ। ਗੁਰੂ ਸਾਹਿਬ ਦਾ ਸਿੱਖਾਂ ਨੂੰ ਹੁਕਮ ਹੈ ਵੀ ਜਦੋਂ ਤੁਹਾਨੂੰ ਕੋਈ ਵੀ ਕੰਮ ਪਵੇ, ਤੁਸੀਂ ਤਿਹਾਵਰ ਕੜਾ ਪ੍ਰਸ਼ਾਦ ਦੀ ਦੇਵ ਤਿਆਰ ਕਰਕੇ ਤੇ ਟਕਾ ਰੱਖ ਕੇ ਅਰਦਾਸ ਕਰਨਾ, ਮੈਂ ਉੱਥੇ ਹਾਜ਼ਰ ਹੋਵਾਂਗਾ। ਇਹ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਪਰ ਹੁਣ ਭਰੋਸਾ ਤੇ ਸਿੱਖ ਨੇ ਕਰਨਾ। ਜੇ ਆਸਾ ਅੰਦੇਸ਼ਾ ਕੋਈ ਕੱਟ ਜਾਵੇ, ਇਹ ਸਾਰੇ ਦੇਵੀ ਦੇਵਤੇ ਉੱਥੇ ਆਪ ਗੁਰੂ ਸਾਹਿਬ ਦੇ ਉੱਤੇ ਉਹਨਾਂ ਨਾਲ ਪਿਆਰ ਕਰਦੇ। ਤੁਸੀਂ ਬਾਣੀ ਪੜ੍ਹ ਕੇ ਵੇਖੋ ਕਿੰਨੇ ਲੋਕਾਂ ਦਾ ਗਾਵਨ ਦੁੱਧ ਨੂੰ ਕੇਂਦਰ ਦਰਸ਼ਨ ਬੈਠੇ ਦੇਵਤੇ ਅੰਦਰ ਨਾਲ, ਗਾਵਨ ਦੁੱਧ ਨੂੰ ਸਿੱਧ ਸਮਾਧੀ ਅੰਦਰ, ਗਾਵਨ ਦੁੱਧ ਨੂੰ ਸਾਧ ਵਿਚਾਰੇ ਸਾਰੇ। ਔਰ ਮੈਨੂੰ ਹੁਣੇ ਕਿਸੇ ਗੁਰਸਿੱਖ ਨੇ ਕਿਹਾ ਵੀ ਨੇਪਾਲ ਦੇ ਵਿੱਚ ਇੱਕ ਅਸਥਾਨ ਲੱਭਾ ਬਣੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਸਨ, ਉਹ ਥਾਂ ਬਣਿਆ ਗੁਰਦੁਆਰਾ ਸਾਹਿਬ, ਉੱਥੇ ਪਿੱਛੇ ਜੀ ਅੰਮ੍ਰਿਤ ਸੰਚਾਰ ਹੋਇਆ ਤੇ ਅੰਮ੍ਰਿਤ ਛਕਾਇਆ ਜਾ ਰਿਹਾ ਸੀ ਤੇ ਬਾਹਰ ਇੱਕ ਸਾਧੂ ਆ ਕੇ ਖਲੋ ਗਿਆ ਭਗਵੇਂ ਕੱਪੜਿਆਂ ਵੱਲ। ਉਹ ਬਾਹਰ ਹੁਣ ਜਿੱਥੇ ਅੰਮ੍ਰਿਤ ਛਕਾਇਆ ਜਾ ਰਿਹਾ ਉੱਥੇ ਗੁਰੂ ਕੇ ਸਵਾਰਿਓ, ਅੱਗੇ ਪਹਿਰੇਦਾਰ ਹੁੰਦਾ ਸੀ, ਸ੍ਰੀ ਸਾਹਿਬ ਲੈ ਕੇ ਖੜਾ ਹੁੰਦਾ, ਉਹ ਅੰਦਰ ਜਾਵੇ ਤੇ ਉਹ ਕਹਿ ਵੀ ਦੱਸੋ ਕੀ ਗੱਲ ਨੀ ਸਮਝ ਵੀ ਨਾ ਆਵੇ। ਉਹ ਕਹਿੰਦੇ ਵੀ ਮੁਝੇ ਅੰਦਰ ਜਾਣੇ ਦੋ। ਉਹ ਕਹਿੰਦਾ ਵੀ ਅੰਦਰ ਤੂੰ ਕੀ ਕਰਨ ਜਾਣਾ। ਉਹ ਕਹਿੰਦਾ ਵੀ ਹਮ ਸ਼ਿਵ ਜੀ ਕਾ ਪੁਜਾਰੀ ਹੈ, ਦੇਵਤਿਆਂ ਦਾ ਪੂਜਾ ਕਰਦਾ ਸੀ, ਉਹੀ ਉਹਦੇ ਕੱਪੜੇ ਉਸ ਤਰ੍ਹਾਂ ਦੇ। ਕਹਿੰਦੇ ਤੂੰ ਅੰਦਰ ਨਹੀਂ ਜਾ ਸਕਦਾ, ਕਹਿੰਦੇ ਮੈਨੂੰ ਜਾਣ ਦਿਓ। ਉਹਨੇ ਆਪਣੀ ਭਾਸ਼ਾ ਵਿੱਚ ਕਿਹਾ ਬਈ ਮੈਂ ਅੰਮ੍ਰਿਤ ਪਾਨ ਕਰਨਾ ਹੈ। ਉਹ ਕਹਿੰਦੇ ਵੀ ਨਾਲੇ ਕਹਿੰਦਾ ਤੂੰ ਸ਼ਿਵ ਜੀ ਦਾ ਤੇ ਬ੍ਰਹਮਾ ਦਾ ਕਿਹਦਾ ਪੁਜਾਰੀ, ਨਾਲੇ ਅੰਮ੍ਰਿਤ ਇਸ ਤਰ੍ਹਾਂ ਨਹੀਂ, ਇਹ ਤਾਂ ਇਸ਼ਨਾਨ ਕਰਕੇ ਪਹਿਲਾਂ ਆਉਣਾ ਸੀ। ਉਹ ਕਹਿੰਦਾ ਭਾਈ ਮੁਝੇ ਸ਼ਿਵ ਜੀ ਨੇ ਕਿਹਾ ਹੈ ਵੀ ਜਾ ਕੇ ਅੰਮ੍ਰਿਤ ਛਕ ਉੱਥੇ ਅੰਦਰ। ਉਹਨੇ ਕਿਹਾ ਜਿਹਦੀ ਉਹ ਪੂਜਾ ਕਰਦਾ ਸਾਰੀ, ਉਹਨੇ ਭੇਜਿਆ ਮੈਨੂੰ ਵੀ ਜਾ ਗੁਰੂ ਨਾਨਕ ਦੇ ਦਰ ਤੇ। ਉਹ ਤਾਂ ਇੱਥੇ ਭੇਜਦੇ ਨੇ ਤੇ ਆਪਾਂ ਉਹਨਾਂ ਪਿੱਛੇ ਤੁਰੇ ਫਿਰਦੇ। ਇਹ ਬੜੀ ਅਜੀਬ ਗੱਲ ਹੈ। ਗੁਰੂ ਸਾਹਿਬ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਲਕੀ ਸੇਵ,
ਉਹ ਦੇਵਤੇ ਤੇ ਆਪ ਤੇਰੀ ਦੇਹ ਲੱਭਦੇ ਫਿਰਦੇ ਨੇ ਮਨੁੱਖੀ ਦੇਹ ਮਿਲ ਗਿਆ ਸੀ ਵੀ ਸਿਮਰਨ ਕਰ ਰਹੀ ਹੈ ਤੇ ਤੂੰ ਮਨੁੱਖ ਬਣ ਕੇ ਫਿਰ ਉਹ ਤੁਰਿਆ ਕਰਨਾ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਛੱਡ ਕੇ ਇਸ ਲਈ ਭਾਈ ਗੁਰਦਾਸ ਸਿੰਘ ਦੀ ਰਹਿਤ ਮਰਿਆਦਾ ਦੱਸਦੇ ਕਹਿੰਦੇ ਨੇ ਸੱਚਾ ਕੱਪਾ ਸੌਣ ਨਾ ਮਨ ਵਸਾਇਆ ਮਨ ਵਿੱਚ ਥਾਂ ਨਹੀਂ ਦਿੰਦਾ ਸਿੱਖ ਇਹਨਾਂ ਚੀਜ਼ਾਂ ਨੂੰ ਗੁਰੂ ਤੇ ਭਰੋਸਾ ਰੱਖਦਾ ਫਿਰ ਕਹਿੰਦੇ ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ ਇਹ ਸਾਰਿਆਂ ਨੂੰ ਵੀ ਪਤਾ ਵੀ ਇਹ ਪੈਰ ਹਟਾਇਆ ਕੀ ਸ਼ਾਇਦ ਮਾਈਆਂ ਨੂੰ ਪਤਾ ਹੋਵੇਗਾ ਇਹ ਬਹੁਤੇ ਹੀ ਹੋ ਜਾਏ ਇਹ ਪੰਡਿਤ ਜੀ ਦੱਸਦੇ ਨੇ ਵੀ ਤੁਸੀਂ ਕਿਸੇ ਕੰਮ ਚੱਲੇ ਹੋ ਨਾ ਤੇ ਤੁਹਾਡੇ ਅੱਗੋਂ ਇਸਤਰੀ ਨਹੀਂ ਲੰਘਣੀ ਚਾਹੀਦੀ ਜੇ ਲੰਘ ਗਈ ਤੁਸੀਂ ਵਾਪਸ ਆ ਜਾਣਾ ਘਰ ਫਿਰ ਉੱਥੇ ਹੋਰ ਕੋਈ ਪਾਣੀ ਪੂਣੀ ਦਾ ਛਿੜਕ ਕੇ ਫਿਰ ਜਾਣਾ ਤੁਸੀਂ ਜੇ ਕੁਛ ਲੰਘਿਆ ਤੇ ਅੱਗੋਂ ਇਸਤਰੀ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦਾ ਉਹ ਕੁਝ ਦੱਸਦੇ ਨੇ ਜਾਂ ਤੁਸੀਂ ਕਿਸੇ ਕੰਮ ਚੱਲੇ ਹੋ ਤਾਂ ਉੱਥੋਂ ਅੱਗੋਂ ਬੀਬੀ ਨੂੰ ਕਹਿੰਦੇ ਵੀ ਪਾਣੀ ਦੀ ਬਾਲਟੀ ਭਰ ਕੇ ਲੰਘ ਜਾ ਇਹ ਵੀ ਇੱਕ ਮੈਂ ਸੁਣਿਆ ਬਾਹਰ ਕਿਤੇ ਕੰਮ ਜਾ ਇੱਕ ਬਹੁਤ ਅਮੀਰ ਘਰਾਨਾ ਸੀ ਮੈਂ ਉੱਥੇ ਸ਼ਹਿਰ ਵਿੱਚ ਕਿਤੇ ਰਿਹਾ ਉਹਦੀ ਗੱਡੀ ਧੋਣ ਵਾਲੇ ਨੇ ਵੀ ਆਉਣਾ ਪਰ ਉਹਦੀ ਬੀਬੀ ਨੇ ਆਪ ਪਾਣੀ ਪੈਪ ਲੈ ਕੇ ਨਾ ਥੋੜਾ ਜਿਹਾ ਗੱਡੀ ਦੇ ਕੇ ਫਿਰ ਉਹਨਾਂ ਮੈਂ ਕਿਹਾ ਵੀ ਇਹ ਕੀ ਕਹਿੰਦੇ ਬੀਬੀ ਬਹੁਤ ਕੰਮ ਕਰਦੀ ਕਹਿੰਦੇ ਗੱਡੀ ਵੀ ਆਪ ਧੋਂਦੀ ਮੈਂ ਕਿਹਾ ਗੱਡੀ ਨਹੀਂ ਧੋਂਦੀ ਇਹਨੂੰ ਕਿਸੇ ਪੰਡਿਤ ਨੇ ਦੱਸਿਆ ਵੀ ਜਦੋਂ ਇਹ ਤੁਰੇ ਤੂੰ ਗੱਡੀ ਅੱਗੇ ਪਾਣੀ ਧੋਣ ਗਿਆ ਉਹ ਗੱਲ ਮੈਂ ਕਿਹਾ ਇਹਨੂੰ ਪੁੱਛੋ ਪੀਣ ਵਾਸਤੇ ਵੀ ਦੇਣੀ ਕਿ ਗੱਡੀ ਤੇ ਪਾਈ ਜਾਂਦੀ ਬਸ ਇਹਨੂੰ ਪਿਆਇਆ ਕਰ ਜਦੋਂ ਬਾਹਰ ਆਉਂਦਾ ਉਦੋਂ ਤੇ ਮਿਲਦਾ ਨੀ ਉਹਨੂੰ ਇਹ ਚੀਜ਼ਾਂ ਜੇ ਕੋਈ ਬੰਦਾ ਘਰੋਂ ਬਾਹਰ ਨਿਕਲਿਆ ਤੇ ਪਿੱਛੋਂ ਕਿਸੇ ਨੇ ਆਵਾਜ਼ ਦੇ ਦਿੱਤੀ ਵੀ ਆਉਂਦਾ ਆਲੂ ਵੀ ਲਿਆ ਬਸ ਉੱਥੇ ਇਹ ਕਲੇਸ਼ ਪੈ ਗਿਆ ਪਿੱਛੋਂ ਆਵਾਜ਼ ਕਿਉਂ ਮਾਰੀ ਇਹ ਵੀ ਅਫਸਰ ਗੱਲ ਇਹ ਸਾਰੇ ਵਹਿਮ ਪ੍ਰਸਤ ਚੀਜ਼ਾਂ ਪਾਈਆਂ ਹੁੰਦੀਆਂ ਸਮਾਜ ਦੇ ਵਿੱਚ ਉਹਨੂੰ ਕਹਿ ਰਹੇ ਨੇ ਭਾਈ ਗੁਰਦਾਸ ਜੀ ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ ਸਿੱਖ ਨੇ ਰੱਬ ਨੂੰ ਚੇਤੇ ਕਰਕੇ ਜਾਣਾ ਹਾਂ ਇੱਕ ਦੀ ਟੇਕ ਰੱਖਣੀ ਹੈ ਤੇ ਆਪਣੇ ਮਾਰਗ ਤੇ ਤੁਰੀ ਜਾਣਾ ਹੈ ਤੇ ਮਨ ਵਿੱਚ ਇੱਕ ਪਿਆਰ ਰੱਖਣਾ ਪਿਆਰ ਦੇ ਨਾਲ ਪੜੀਏ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸੱਚੇ ਨਾਮ ਦਾ ਬੀਜ ਬੀਜਿਆ
ਉਹਦੇ ਵਿੱਚੋਂ ਫਲ ਨਿਕਲਿਆ ਸੱਚ ਦਾ ਸੁੱਖ ਦਾ ਫਲ ਨਿਕਲ ਆਨੰਦ ਦੀ ਪ੍ਰਾਪਤੀ ਹੋਈ ਇਹ ਜਿਹੜੀਆਂ ਚੀਜ਼ਾਂ ਰੂਟੀਨ ਦੇ ਵਿੱਚ ਇਹਨਾਂ ਤੇ ਭਰੋਸਾ ਨਹੀਂ ਕਰਨਾ ਭਾਈ ਗੁਰਦਾਸ ਜੀ ਕਹਿ ਰਹੇ ਨੇ ਹੁਣ ਕੁਝ ਪੰਕਤੀਆਂ ਐਸੀਆਂ ਨੇ ਜਿਹਨਾਂ ਵਿੱਚ ਕਿਹਾ ਗਿਆ ਵੀ ਸਿੱਖ ਨੇ ਕੀ ਗੱਲ ਕਰਨੇ ਨੇ ਪੈਰੀ ਪੈ ਕੋ ਸਿੱਖ ਪੈਰ ਧੁਆਇਆ ਗੁਰਸਿੱਖਾਂ ਦੇ ਪੈਰੀ ਭਾਵ ਨਿਮਰਤਾ ਧਾਰਨ ਕਰਨੀ ਗੁਰਸਿੱਖਾਂ ਨਾਲ ਪਿਆਰ ਕਰਨਾ ਸਾਰੇ ਜਗਤ ਦੇ ਲੋਕਾਂ ਨਾਲ ਪਿਆਰ ਕਰਨਾ ਅੰਮ੍ਰਿਤ ਬਾਣੀ ਚੱਖ ਮਨ ਵਸ ਆਇਆ ਜਿਉਂ ਜਿਉਂ ਸਿੱਖ ਬਾਣੀ ਪੜ੍ਹਦਾ ਤੇ ਬਾਣੀ ਆਈ ਗੁਰੂ ਸਾਹਿਬ ਦੇ ਹਿਰਦੇ ਤੋਂ ਜਦੋਂ ਬਾਣੀ ਪੜ੍ਹਦਾ ਤੇ ਰਸਨਾ ਦੇ ਰਾਹੀਂ ਹਿਰਦੇ ਤੱਕ ਜਾਣ ਲੱਗ ਪੈਂਦੀ ਪ੍ਰੇਮ ਨਾਲ ਪੜ੍ਹੇਗਾ ਜਦੋਂ ਅੰਦਰ ਜਾਏਗੀ ਤੇ ਉਹਦਾ ਰਸ ਆਏਗਾ ਬਾਣੀ ਦਾ ਜਦੋਂ ਉਹਨੂੰ ਚੱਖੇਗਾ ਚੱਖ ਤੇ ਮਨ ਵਸ ਵਿੱਚ ਆ ਜਾਏਗਾ ਟਿਕ ਜਾਏਗਾ ਮਨ ਫਿਰ ਕਹਿੰਦੇ ਪਾਣੀ ਪੱਖਾ ਪੀ ਭੱਟ ਝੁਕਾਇਆ ਇਹ ਸਭ ਤੋਂ ਵੱਡਾ ਤਪ ਹੈ ਗੁਰਸਿੱਖ ਦਾ ਜੇ ਉਹਨੂੰ ਸੰਸਾਰ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਜ਼ਰੂਰਤ ਹੈ ਤੇ ਉਹ ਸੇਵਾ ਕਰਦਾ ਹੈ ਪਾਣੀ ਢੋਣਾ ਪੱਖਾ ਫੇਰਨਾ ਪਹਿਲਾਂ ਇਹ ਸਾਧਨ ਨਹੀਂ ਸਨ ਤੇ ਭੱਟ ਝੁਕਾਇਆ ਪਹਿਲਾਂ ਭੱਟ ਚੁੱਲ ਵਿੱਚ ਬਾਲਣ ਲਾਉਣ ਨੂੰ ਕਹਿੰਦੇ ਭੱਟ ਝੁਕਾਇਆ ਉਦੋਂ ਇਹ ਚੀਜ਼ਾਂ ਸਾਧਨ ਨਹੀਂ ਸੀ ਬਣੇ ਇਸ ਕਰਕੇ ਸੇਵਾ ਹੁੰਦੀ ਸੀ ਇਹਨਾਂ ਚੀਜ਼ਾਂ ਪੱਖਾ ਫੇਰਨਾ ਆਮ ਹੀ ਸੰਗਤ ਦੇ ਵਿੱਚ ਵੱਡੇ ਵੱਡੇ ਪੱਖੇ ਲੈ ਕੇ ਫੇਰੇ ਜਾਂਦੇ ਸਨ ਇਹ ਉਹ ਹੀ ਸਿਧਾਂਤ ਦੇ ਰਹੇ ਨੇ ਜਿਹੜਾ ਗੁਰੂ ਨਾਨਕ ਦੇਵ ਜੀ ਉਸ ਪੰਡਿਤ ਨੂੰ ਕਹਿੰਦੇ ਸਨ ਪੰਡਿਤ ਜੀ ਰੱਬ ਤੁਹਾਡੇ ਵਿੱਚ ਸਾਰਿਆਂ ਜੀਵਾਂ ਦੇ ਵਿੱਚ ਹੈ ਉਹਦਾ ਨਿਵਾਸ ਇਹ ਪੱਖਾ ਚੱਲਣ ਦਾ ਮਤਲਬ ਵੀ ਜਿਹੜਾ ਅਕਾਲ ਪੁਰਖ ਸਾਰੇ ਜੀਵਾਂ ਚ ਉਹਨੂੰ ਪੱਖਾ ਚੱਲਣਾ ਉਹਦੀ ਸੇਵਾ ਕਰਨੀ ਉਹਨੂੰ ਲੰਗਰ ਛਕਾਉਣਾ ਪਿਆਰ ਨਾਲ ਇਸ ਕਰਕੇ ਕਹਿੰਦੇ ਵੀ ਜਿਹੜੀ ਲੰਗਰ ਦਾ ਪ੍ਰਸੰਗ ਹੈ ਨਾ ਜਦੋਂ ਕੋਈ ਲੰਗਰ ਕਿਸੇ ਨੂੰ ਛਕਾਉਂਦਾ ਜੇ ਤੇ ਉਹ ਆਦਮੀ ਸਮਝ ਕੇ ਛਕਾ ਰਿਹਾ ਤੇ ਫਿਰ ਉਹ ਸੇਵਾ ਨਹੀਂ ਉਹ ਇਹ ਸਮਝ ਕੇ ਛਕਾਇਆ ਵੀ ਆਹ ਸਰੀਰ ਨਹੀਂ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਬਹਿ ਕੇ ਛਕ ਰਿਹਾ ਫਿਰ ਉਹਦੀ ਸੇਵਾ ਪ੍ਰਵਾਨ ਹੋ ਜਾਂਦੀ ਪਾਣੀ ਪੱਖਾ ਵੀ ਪੀ ਦਾ ਅਰਥ ਕਣਕ ਪੀਣੀ ਪਹਿਲਾਂ ਚੱਕੀ ਚਲਾ ਕੇ ਪੀਂਦੇ ਸਨ ਭੱਟ ਝੁਕਾਇਆ ਇਹ ਸੇਵਾ ਕਰਦਾ ਗੁਰੂ ਦਾ ਸਿੱਖ ਜਾਂ ਫਿਰ ਅਗਲੀ ਸੇਵਾ ਵੀ ਗੁਰਬਾਣੀ ਸੁਣ ਸਿੱਖ ਗੁਰਬਾਣੀ ਨੂੰ ਸੁਣਨਾ ਤੇ ਗੁਰਬਾਣੀ ਦੇ ਅਰਥ ਸਿੱਖਣੇ ਤੇ ਲਿਖ ਲਿਖਾਇਆ ਫਿਰ ਉਹਨੂੰ ਲਿਖ ਕੇ ਅੱਗੇ ਦੇਣਾ ਪਹਿਲਾਂ ਸ਼ਾਬੇ ਖਾਨੇ ਨਹੀਂ ਸਨ ਗੁਰੂ ਕੇ ਸਿੱਖ ਬਾਣੀ ਗੁਟਕਿਆਂ ਤੇ ਲਿਖ ਲਿਖ ਕੇ ਗੁਟਕੇ ਵੰਡ ਦਿੰਦੇ ਸਨ ਬਹੁਤ ਵੱਡੀ ਸੇਵਾ ਹੁੰਦੀ ਸੀ ਇਹ ਭਾਈ ਗੁਰਦਾਸ ਜੀ ਕਹਿੰਦੇ ਵੀ ਪਹਿਲਾਂ ਕੋਈ ਇਸ ਤਰ੍ਹਾਂ ਦੇ ਸਾਧਨ ਨਹੀਂ ਸਨ ਤੇ ਗੁਰਬਾਣੀ ਦੇ ਪੋਥੀਆਂ ਲਿਖ ਲਿਖ ਕੇ ਗੁਰੂ ਕੇ ਸਿੱਖ ਵੰਡਦੇ ਸਨ ਉਹਨੂੰ ਕਹਿ ਰਹੇ ਨੇ ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ ਨਾਮ ਦਾਨ ਇਸ਼ਨਾਨ ਗੁਰੂ ਕੇ ਸਿੱਖ ਦਾ ਭਰੋਸਾ ਨਾਮ ਸਿਮਰਨ ਵਿੱਚ ਹੈ ਤੇ ਦਾਨ ਜਿਹੜੀ ਉਹ ਕਿਰਤ ਕਰਦਾ ਉਹਦਾ ਦਸਵੰਧ ਦਿੰਦਾ ਗੁਰੂ ਨਿਮਿਤ ਸੰਸਾਰ ਦੇ ਵਿੱਚ ਔਰ ਇਸ਼ਨਾਨ ਅੰਦਰੋਂ ਵੀ ਯਤਨ ਕਰਦਾ ਗੁਰੂ ਕੇ ਸ਼ਬਦ ਨਾਲ ਆਪਣੇ ਮਨ ਨੂੰ ਧੋਣ ਦਾ ਤੇ ਬਾਹਰੋਂ ਪਾਣੀ ਦੁਆਰਾ ਇਸ਼ਨਾਨ ਵੀ ਕਰਦਾ ਕਰਮ ਕਮਾਇਆ ਇਹ ਕਰਮ ਕਮਾਉਂਦਾ ਜੀਵਨ ਨੂੰ ਸ਼ੁੱਧ ਰੱਖਦਾ ਨਿਵ ਚੱਲਣ ਇੰਨਾ ਕੁਝ ਕਰਕੇ ਵੀ ਹੰਕਾਰੀ ਨਹੀਂ ਹੁੰਦਾ ਨਿਭ ਕੇ ਚੱਲਦਾ ਨਿਮਰਤਾ ਦੇ ਵਿੱਚ ਮਿੱਠ ਬੋਲ ਤੇ ਉਹਦੇ ਬਚਨ ਵੀ ਮਿੱਠੇ ਨੇ ਘਾਲ ਖਵਾਇਆ ਮਿਹਨਤ ਕਰਕੇ ਕਿਸੇ ਨੂੰ ਖਵਾਉਂਦਾ ਆਪਣੇ ਕੋਲ ਵੰਡਦਾ ਕੁਝ ਖੁੰਦਾ ਨਹੀਂ ਕਿਸੇ ਤੋਂ ਕਿਸੇ ਨੂੰ ਦਿੰਦਾ ਕੁਝ ਵੰਡਣ ਦੀ ਬਿਰਤੀ ਉਹਦੇ ਵਿੱਚ ਇਸ ਤੋਂ ਅੱਗੇ ਕਹਿੰਦੇ ਗੁਰਸਿੱਖਾਂ ਗੁਰਸਿੱਖ ਮੇਲ ਮਿਲਾਇਆ ਸੇਵਾ ਕੋਈ ਇੱਕ ਤਰ੍ਹਾਂ ਦੀ ਇਹ ਬਹੁਤ ਵੱਡੀ ਸੇਵਾ ਹੈ ਵੀ ਕਿਸੇ ਨੂੰ ਗੁਰਸਿੱਖੀ ਦੀ ਸਿੱਖਿਆ ਦੇ ਕੇ ਗੁਰੂ ਨਾਲ ਜੋੜਨਾ ਯਤਨ ਕਰਨਾ ਵੈਸੇ ਇਹ ਹੁਣ ਚੀਜ਼ਾਂ ਪੈੜੀਆਂ ਨੂੰ ਬੰਦ ਹੋ ਗਈਆਂ ਪਹਿਲਾਂ ਇਹ ਕਿਹਾ ਜਾਂਦਾ ਸੀ ਜਿਹੜਾ ਸਿੱਖ ਅੰਮ੍ਰਿਤ ਛਕਦਾ ਸੀ ਨਾ ਉਹਨੂੰ ਕਹਿੰਦੇ ਸਨ ਭਾਈ ਅੱਜ ਤੋਂ ਲੈ ਕੇ ਤੇਰੀ ਡਿਊਟੀ ਹੈ ਤੂੰ ਆਪਣੀ ਸਾਰੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣਾ ਪ੍ਰੇਰਿਤ ਇਹ ਡਿਊਟੀ ਸੀ ਪਹਿਲਾਂ ਹੁਣ ਅਸੀਂ ਤੇ ਕਿਹਾ ਵੀ ਸਾਨੂੰ ਕੀ ਲੋੜ ਹੈ ਧਰਮ ਦੇ ਬਾਰੇ ਗੱਲ ਕਰਨ ਇਹ ਛੋਟੀਆਂ ਛੋਟੀਆਂ ਚੀਜ਼ਾਂ ਪਹਿਲਾਂ ਚੱਲਦੀਆਂ ਸਨ ਵੀ ਹਰ ਇੱਕ ਗੁਰਸਿੱਖ ਦੀ ਡਿਊਟੀ ਹੁੰਦੀ ਸੀ ਵੀ ਤੂੰ ਪੰਜ ਸਿੰਘਾਂ ਨੂੰ ਪ੍ਰੇਰਨਾ ਹੈ ਕੱਲਾ ਆਪਣੇ ਵਾਸਤੇ ਨਹੀਂ ਦਿਉਣਾ ਦੂਜਿਆਂ ਨੂੰ ਜੋ ਤੈਨੂੰ ਗੁਰੂ ਨੇ ਦਿੱਤਾ ਉਹਨੂੰ ਅੱਗੇ ਦੇਣਾ ਸਾਂਝ ਪਾਉਣੀ ਹੈ ਗੁਰਸਿੱਖਾਂ ਗੁਰਸਿੱਖ ਮੇਲ ਮਿਲਾਇਆ ਗੁਰੂ ਕੇ ਸਿੱਖਾਂ ਨੇ ਮਿਲ ਕੇ ਕਿਸੇ ਹੋਰ ਸਿੱਖ ਨੂੰ
ਗੁਰੂ ਨਾਲ ਮਿਲ ਦਿੱਤਾ ਉਹਦੇ ਵਿੱਚ ਸ਼ੌਕ ਜਾਗਿਆ। ਭਾਏ ਭਗਤ ਗੁਰਪੁਰਬ ਕਰਾਇਆ, ਗੁਰੂ ਕੇ ਸਿੱਖ ਭਾਵਨਾ ਭਗਤੀ ਦੁਆਰਾ ਗੁਰਪੁਰਬ ਕਰਦੇ ਨੇ। ਗੁਰਪੁਰਬ ਦਾ ਮਤਲਬ ਤਾਂ ਕਿ ਇਹਦੇ ਤੋਂ ਸ਼ਕਤੀ ਮਿਲਦੀ ਹੈ ਮਨੁੱਖਾਂ ਨੂੰ, ਗੁਰੂ ਕੇ ਮਾਰਗ ਉੱਤੇ ਭਰੋਸਾ ਜਾਗਦਾ, ਗੁਰਪੁਰਬ ਕਰਾਉਂਦੇ। ਗੁਰਸਿੱਖ ਦੇਵੀ ਦੇਵ ਜਠੇਰੇ ਪਾਇਆ, ਆ ਜਠੇਰੇ ਤੁਸੀਂ ਕਹਿੰਦੇ ਹੋ ਨਾ, ਜਲੰਧਰ ਜ਼ਿਲ੍ਹੇ ਵਿੱਚ ਇੰਨੇ ਬੰਦੇ ਨੇ ਜਿੰਨੇ ਜਠੇਰੇ ਨੇ ਬਣਾਏ। ਜਠੇਰੇ ਦਾ ਮਤਲਬ ਚਾਰ ਨੂੰ ਇੱਡਾਂ ਲਾ ਕੇ ਕਿਸੇ ਕੋਨੇ ਦੇ ਉੱਤੇ ਉਹਦੇ ਅੱਗੇ ਬਹਿ ਜਾਣਾ, ਜਾ ਕੇ ਸੇਵੀਆਂ ਬਣਾ ਕੇ ਜਲੇਬੀਆਂ ਲੈ ਕੇ ਤੁਰੇ ਫਿਰਦੇ ਲੋਕ। ਆਹ ਜਿਹੜਾ ਵਿਚਲਾ ਜਿਹਾ ਇਲਾਕਾ ਪੰਜਾਬ ਦਾ, ਇਹਦੇ ਵਿੱਚ ਜਠੇਰੇ ਦਾ ਮਤਲਬ ਹੁੰਦਾ ਵੀ ਵੱਡਿਆਂ ਦਾ ਥਾਂ, ਕਿ ਪਤਾ ਨੀ ਕਿਹੜੀ ਕੋਰਟ ਦੇ ਜਠੇਰੇ ਤੇ ਕੌਣ ਕਿੱਥੋਂ ਇਤਿਹਾਸ ਚੱਲਿਆ ਤੇ ਕੀ ਨਹੀਂ। ਹੁਣ ਤਾਂ ਉਹਨਾਂ ਨੂੰ ਸ਼ਹੀਦ ਵੀ ਕਹਿਣ ਲੱਗਦਾ, ਕਮਾਲ ਹੁੰਦੀ। ਉਹ ਕਹਿੰਦੇ ਇੱਥੇ ਸ਼ਹੀਦ ਰਹਿੰਦੇ ਨੇ, ਚਾਰ ਇੱਟਾਂ ਜੋੜੀਆਂ ਉੱਥੇ ਸ਼ਹੀਦ ਇਕੱਠੇ ਕਰ ਦਿੱਤੇ। ਇੰਨਾ ਪਖੰਡ ਪੰਜਾਬ ਵਿੱਚ ਕਦੀ ਨੀ ਚੱਲਿਆ ਜਿੰਨਾ ਅੱਜ ਪਖੰਡ। ਗਾਉਣ ਵਾਲਿਆਂ ਨੇ ਵੀ ਜੋ ਕੁਝ ਖਿਲਾ ਰਿਹਾ, ਨਸ਼ਾ ਵੇਚਣ ਵਾਲਿਆਂ ਨੇ ਸਰਕਾਰ ਨੇ ਜੋ ਕੁਝ ਕੀਤਾ ਤੇ ਪਖੰਡੀਆਂ ਨੇ ਜੋ ਕੁਝ ਖਿਲਾ ਰਿਹਾ, ਇੰਨੀ ਦੁਰਗਤੀ ਪਹਿਲਾਂ ਕਦੇ ਨਹੀਂ ਹੋਈ। ਸੱਚੇ ਪਾਤਸ਼ਾਹ ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਗੁਰਸਿੱਖ ਦੇ ਜਠੇਰੇ ਤੇ ਦੇਵੀ ਦੇਵ ਤੇ ਕੌਣ ਨੇ। ਹੁਣ ਇੱਥੇ ਫਿਰ ਉਹ ਮਨੋ ਵਿਗਿਆਨ ਦੱਸਦੇ ਜਿਹੜਾ ਮੈਂ ਕੱਲ੍ਹ ਆਪ ਜੀ ਨੇ ਸਾਂਝਾ ਕੀਤਾ ਸੀ, ਵੀ ਕਿਸੇ ਦੇ ਕਿਸੇ ਆਦਮੀ ਨੂੰ ਕਿਤਿਓਂ ਕੱਢਣ ਵਾਸਤੇ ਉਹਨੂੰ ਕਿਸੇ ਦੂਜੀ ਚੀਜ਼ ਦਾ ਸਹਾਰਾ ਦੇਣਾ ਪੈਂਦਾ। ਉਹ ਕਹਿੰਦੇ ਵੀ ਜਿਹੜੇ ਤੇਰੇ ਆ ਜਠੇਰੇ ਵੱਡੇ ਜਾਂ ਦੇਵੀ ਦੇਵਤਿਆਂ ਨੂੰ ਤੂੰ ਮਨਾਉਂਦਾ ਫਿਰਨਾ, ਉਹਦੀ ਥਾਂ ਤੇ ਆ ਗੁਰਸਿੱਖਾਂ ਦੀ ਸੇਵਾ ਕਰ, ਇਹੀ ਤੇਰੇ ਦੇਵਤੇ ਨੇ, ਇੱਥੋਂ ਤੈਨੂੰ ਫਲ ਮਿਲੇਗਾ ਸਾਰਾ ਜਿਹੜਾ ਤੂੰ ਉੱਥੋਂ ਲੈਂਦਾ ਫਿਰ, ਇਹਦੇ ਸੇਵਾ ਕਰ। ਗੁਰਸਿੱਖ ਮਾਂ ਪਿਓ ਵੀਰ ਕੁਟੰਬ ਸਵਾਇਆ, ਇਹ ਨਿੱਜੀ ਪਿਆਰ ਹੈ ਗੁਰਸਿੱਖਾਂ ਦਾ ਇੱਕ ਦੂਜੇ ਨੂੰ। ਵੱਡੇ ਨੂੰ ਮਾਂ ਪਿਓ ਵਾਂਗੂ ਸਮਝਦੇ ਨੇ, ਬਰਾਬਰ ਦੇ ਨੂੰ ਭਰਾ ਵਾਂਗੂ, ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੇ ਪਰਿਵਾਰ ਵਾਂਗੂ, ਯਾਨੀ ਕਿ ਨਿੱਜੀ ਪ੍ਰੇਮ ਕਰਦੇ ਨੇ ਗੁਰਸਿੱਖ ਆਪਸ ਵਿੱਚ, ਦੁਬਦਾ ਨਹੀਂ। ਇਹ ਸਭ ਤੋਂ ਨਿੱਜੀ ਰਿਸ਼ਤਾ ਹੈ ਸੰਸਾਰ ਦਾ ਗੁਰਸਿੱਖਾਂ ਦਾ, ਆਪਸੀ ਪਿਆਰ ਜਿਹਦੇ ਵਿੱਚ ਕੋਈ ਸੰਸਾਰਕ ਸੰਬੰਧ ਨਹੀਂ ਹੁੰਦਾ। ਉਹਨੂੰ ਕਹਿ ਰਹੇ ਨੇ ਕੁਟੰਬ ਸਵਾਇਆ, ਭਾਈ ਗੁਰਦਾਸ ਜੀ ਇਹਦਾ ਵਰਣਨ ਕਰ ਰਹੇ ਗੁਰਸਿੱਖ ਦੀ ਰਹੁ ਰੀਤਾ। ਗੁਰਸਿੱਖ ਖੇਤੀ ਵਣ ਚ ਲਾਹ ਪਾਇਆ, ਇਸ ਤਰ੍ਹਾਂ ਗੁਰੂ ਕੇ ਸਿੱਖ ਨੇ ਜੀਵਨ ਦੀ ਖੇਤੀ ਦੇ ਵਿੱਚ, ਇਹ ਜੀਵਨ ਦੇ ਵਿੱਚ ਨਾਮ ਦਾ ਬੀਜ, ਗੁਰੂ ਕੇ ਉਪਦੇਸ਼ ਦਾ ਬੀਜ ਬੀਜ ਕੇ ਇਸ ਢੰਗ ਦੇ ਨਾਲ ਇਹ ਵਣਜ ਵਪਾਰ ਕੀਤਾ ਤੇ ਲਾਹ ਮਿਲਿਆ। ਇਹਦੇ ਵਿੱਚੋਂ ਹੰਸ ਵੰਸ ਗੁਰਸਿੱਖ ਗੁਰਸਿੱਖ ਜਾਇਆ, ਇੱਥੇ ਕਹਿ ਰਹੇ ਨੇ ਕਿ ਜਿਵੇਂ ਹੰਸ ਦੀ ਗਿਣਤੀ ਦੇ ਅਨੁਸਾਰ ਉਹਦਾ ਵੰਸ ਵੱਧਦਾ ਅੱਗੇ ਦੀ ਅੱਗੇ, ਗੁਰਸਿੱਖਾਂ ਦੀ ਵੰਸ ਹੰਸਾਂ ਦੀ ਵੰਸ ਵਾਂਗ ਪਵਿੱਤਰ ਗੁਣਾਂ ਵਾਲੀ ਜਾਣਦੇ ਹਨ। ਇਸ ਤਰ੍ਹਾਂ ਗੁਰਸਿੱਖਾਂ ਤੋਂ ਅੱਗੇ ਗੁਰਸਿੱਖਾਂ ਵਿੱਚ ਗੁਣਾਂ ਦਾ ਵਾਧਾ ਹੁੰਦਾ ਹੈ, ਧਰਮ ਦਾ ਵਾਧਾ ਹੁੰਦਾ ਹੈ। ਇਹਨਾਂ ਸਾਰੀਆਂ ਪੌੜੀਆਂ ਦੇ ਵਿੱਚ ਭਾਈ ਗੁਰਦਾਸ ਜੀ ਗੁਰਸਿੱਖੀ ਦੀ ਰੂਪ ਰੇਖਾ, ਗੁਰਸਿੱਖੀ ਦਾ ਵਰਣਨ ਕਰ ਰਹੇ ਨੇ ਔਰ ਗੁਰੂ ਕੇ ਸ਼ਬਦ ਦੀ ਕਮਾਈ ਵੱਲ ਇਸ਼ਾਰਾ ਕਰ ਰਹੇ ਨੇ। ਆਓ ਪਿਆਰ ਨਾਲ ਕੁਝ ਮਿੰਟ ਵਾਸਤੇ ਸਾਰੇ ਚੌਂਕੜਾ ਮਾਰ ਇਕਾਗਰ ਹੋ ਕੇ ਬੈਠੀਏ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹਜ਼ੂਰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਔਰ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕੋਈ ਵੀ ਰਸਮਾ ਬਾਕੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਵਾਹਿਗੁਰੂ 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 ਪ੍ਰਵਾਨ ਕਰ ਲੈਣਾ ਜਾਣ ਕਰਦੇ ਹਾਂ ਬਿਲ ਪ੍ਰਕਾਰ ਦੀਆਂ ਉਹਨਾਂ ਸ਼ਬਦਾਂ ਦੀ ਆਪ ਸੇਵਾ ਕਰਨੀ ਇਸ ਤਰ੍ਹਾਂ ਕੱਲ੍ਹ ਦਾ ਦੀਵਾਨ ਬਹੁਤ ਬਾਕੀ ਹੈ ਇਸ ਸਥਾਨ 'ਤੇ ਕੱਲ੍ਹ ਨੂੰ ਮੇਰੇ ਖਿਆਲ ਦੁਪਹਿਰ ਦਾ 11:30 ਵਜੇ ਹੁੰਦਾ ਹੈ ਇਨ ਸ਼ਾਅ ਦਾ ਸਮਾਂ ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਦਾ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਅਨੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਤ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸ੍ਰੀ ਮਨ ਵਧੀਆ ਰਾਵਣ ਤਤ ਪਰਵਾ